ਹੋ एवरीवन ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਸਰਵ ਸਟਡੀ ਕਲਾਸਸ ਦੇ ਉੱਪਰ ਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਆਪਣੇ ਪੰਜਾਬੀ ਸਾਹਿਤ ਦੇ ਬਹੁਤ ਹੀ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਜਿਹੜੇ ਗੁਰਬਖਸ਼ ਸਿੰਘ ਪ੍ਰੀਤਲੜੀ ਲੇਖਕ ਹੈ ਇਹਨਾਂ ਨੇ ਪੰਜਾਬੀ ਸਾਹਿਤ ਦੇ ਤਕਰੀਬਨ ਸਾਰੇ ਹੀ ਰੂਪਾਂ ਦੇ ਵਿੱਚ ਰਚਨਾ ਕੀਤੀ ਹੈ ਜਿਵੇਂ ਕਿ ਨਾਵਲ ਨਾਟਕ ਕਹਾਣੀ ਜੀਵਨੀ ਸਵੈ ਜੀਵਨੀ ਇਹਨਾਂ ਸਾਰੀਆਂ ਮਤਲਬ ਇਹਨਾਂ ਨੇ ਪੰਜਾਬੀ ਸਾਹਿਤ ਦੇ ਰੂਪਾਂ ਦੀ ਜਿਹੜੀ ਰਚਨਾ ਉਹ ਕੀਤੀ ਹੈ ਪਲੱਸ ਹੋਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮਤਲਬ ਕੋਲੇ ਸਮਾਰਨ ਤੇ ਜਿਹੜੀ ਹੈ ਰੇਖਾ ਚਿੱਤਰ ਉਹਨਾਂ ਨੂੰ ਲਿਖਣ ਦੀ ਪਿਰਤ ਪਾਈ ਹੈ ਠੀਕ ਹੈ ਜੀ ਆਪਣੇ ਪੰਜਾਬੀ ਮਾਸਟਰ ਗ੍ਰੈਜੂਏਟ ਦੇ ਸਿਲੇਬਸ ਦੇ ਵਿੱਚ ਔਰ ਈਟੀਟੀ ਦੇ ਸਿਲੇਬਸ ਦੇ ਵਿੱਚ ਆਪਾਂ ਨੂੰ ਇਹ ਐਜ਼ ਆ ਵਾਰਤਕਕਾਰ ਲੱਗੇ ਹੋਏ ਹੈ ਤਾਂ ਅੱਜ ਆਪਾਂ ਇਹਨਾਂ ਨੂੰ ਐਜ਼ ਆ ਵਾਰਤਕਕਾਰ ਡਿਸਕਸ ਕਰਾਂਗੇ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਤਾਂ ਸ਼ੁਰੂ ਕਰਦੇ ਆਪਾਂ ਇਹਨਾਂ ਦੇ ਜੀਵਨ ਤੋਂ ਜਿਹੜਾ ਗੁਰਵਕ ਸਿੰਘ ਬ੍ਰਿਤਲੜੀ ਦਾ ਜੀਵਨ ਕਾਲ ਹੈ ਇਹਨਾਂ ਦਾ ਜਨਮ ਹੁੰਦਾ ਹੈ 1895 ਈਸਵੀ ਦੇ ਵਿੱਚ ਤੇ ਇਹਨਾਂ ਦੀ ਮੌਤ ਹੁੰਦੀ ਹੈ 1977 ਈਸਵੀ ਦੇ ਵਿੱਚ ਜਿਹੜਾ ਇਹਨਾਂ ਦਾ ਮੌਤ ਦਾ ਸਥਾਨ ਹੈ ਉਹ ਆਪਣੇ ਕੋਲੇ ਹੈਗਾ ਜੀ ਚੰਡੀਗੜ੍ਹ ਪੀਜੀਆਈ ਠੀਕ ਹੈ ਜੀ ਜਿਹੜਾ ਇਹਨਾਂ ਦਾ ਜਨਮ ਦਾ ਸਥਾਨ ਹੈ ਉਹ ਆਪਣੇ ਕੋਲ ਹੈਗਾ ਸਿਆਲਕੂਟ ਇਹਦੇ ਵਿੱਚ ਤੁਸੀਂ ਇਹ 2 ਪੁਆਇੰਟ ਯਾਦ ਰੱਖਣੇ ਆ ਕਿ ਇਹਨਾਂ ਦਾ ਜੀਵਨ ਕਾਲ ਇਨਾਂ ਦੀ ਮਤਲਬ ਜਨਮ ਦੀ ਤਰੀਕੀ ਹੈ ਔਰ ਇਹਨਾਂ ਦੀ ਦਿਹਾਂਤ ਦੀ ਤਰੀਕੀ ਹੈ ਪਲੱਸ ਇਹਨਾਂ ਦਾ ਜਨਮ ਸਥਾਨ ਯਾਦ ਰੱਖਣਾ ਠੀਕ ਹੈ ਜੀ ਤਾਂ ਜਨਮ ਸਥਾਨ ਇਹਨਾਂ ਦਾ ਸਿਆਲਕੋਟ ਹੈ ਜੀਵਨ ਕਾਲ ਇਹਨਾਂ ਦਾ 1895 ਤੋਂ 1977 ਹੈ ਠੀਕ ਜੀ ਅੱਗੇ ਆਪਾਂ ਨੈਕਸਟ ਯਾਨਕ ਆਪਾਂ ਕਰਦੇ ਹਾਂ ਇਹਨਾਂ ਦੇ ਫੈਮਲੀ ਬਾਰੇ ਡਿਸਕਸ ਤੇ ਇਹਨਾਂ ਦੇ ਪਿਤਾ ਦਾ ਨਾਮ ਹੈ ਜੀ ਪਿਸ਼ੋਰਾ ਸਿੰਘ ਮਾਤਾ ਦਾ ਨਾਮ ਮਲਨੀ ਤੇ ਜਿਹੜੀ ਇਹਨਾਂ ਦੀ ਪਤਨੀ ਉਹਨਾਂ ਦਾ ਨਾਮ ਹੈਗਾ ਜੀ ਜਗਜੀਤ ਕੌਰ ਠੀਕ ਹੈ ਜਿਹੜੀ ਇਹਨਾਂ ਦੀ ਪਤਨੀ ਹੈ ਜਗਜੀਤ ਕੌਰ ਇਹਨਾਂ ਦਾ ਜਿਹੜਾ ਘਰੇਲੂ ਨੇਮ ਸੀਗਾ ਉਹ ਸ਼ਿਵਦੇਵੀ ਸੀਗਾ ਕਈ ਥਾਵਾਂ ਤੇ ਆਪਾਂ ਨੂੰ ਸ਼ਿਵਦੇਵੀ ਵੀ ਮਿਲਦਾ ਹੈ ਪਰ ਜਿਹੜਾ ਜ਼ਿਆਦਾਤਰ ਇਹਨਾਂ ਦਾ ਆਫੀਸ਼ੀਅਲੀ ਨਾਮ ਹੈ ਜਿਹੜਾ ਹੈਗਾ ਉਹ ਜਗਜੀਤ ਕੌਰ ਹੈ ਠੀਕ ਹੈ ਜੀ ਅੱਗੇ ਦੇਖਦੇ ਹਾਂ ਜੀ ਆਪਾਂ ਇਹਨਾਂ ਦੇ ਜਿਹੜਾ ਆਪਣੇ ਪੇਪਰ ਦੇ ਵਿੱਚ ਮਹੱਤਵਪੂਰਨ ਕੁਐਸਚਨ ਬਣਦਾ ਹੁੰਦਾ ਉਹ ਆਪਣੇ ਕੋਲ ਆਉਂਦਾ ਹੁੰਦਾ ਇਹਨਾਂ ਦਾ ਪੜਾਅ ਤੇ ਕਾਲ ਠੀਕ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਜਿਹੜਾ ਪੜਾ ਗਏ ਪੜਾਵਾਂ ਦੇ ਹਿਸਾਬ ਨਾਲ ਆਪਣੇ ਕੋਲੇ ਵੰਡ ਕੀਤੀ ਹੈਗੀ ਅਜੀ ਇਹ ਰਜ਼ਿੰਦਰ ਸਿੰਘ ਸੇਖੋਂ ਨੇ ਤੇ ਕਾਲ ਦੇ ਹਿਸਾਬ ਨਾਲ ਆਪਣੇ ਕੋਲੇ ਵੰਡ ਕੀਤੀ ਹੈ ਜੀ ਕਿਰਪਾਲ ਸਿੰਘ ਕਸੇਲ ਨੇ ਅਗਰ ਤੁਹਾਡੇ ਕੋਲੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਕਿਹੜੇ ਪੜਾ ਦੇ ਵਰਤਕਾਰ ਨੇ ਤਾਂ ਪੜਾ ਤੁਹਾਡੇ ਕੋਲ ਆਏਗਾ ਦੂਸਰਾ ਅਗਰ ਤੁਹਾਡੇ ਕੋਲ ਪੁੱਛਿਆ ਜਾਂਦਾ ਹੈ ਕਿ ਕਿਹੜੇ ਕਾਲ ਦੇ ਵਰਤਕਾਰ ਨੇ ਤਾਂ ਫਿਰ ਆਪਣੇ ਕੋਲ ਆਏਗਾ ਨਵੀਨ ਕਾਲ ਠੀਕ ਹੈ ਜੀ ਅੱਜ ਆਪਾਂ ਨਾਂ ਬਾਰੇ ਡਿਸਕਸ ਕਰਦੇ ਆ ਇਹਨਾਂ ਦੀ ਜਿਹੜੀ ਮਹੱਤਵਪੂਰਨ ਜਾਣਕਾਰੀ ਹੈ ਠੀਕ ਹੈ ਜੀ ਮਹੱਤਵਪੂਰਨ ਜਾਣਕਾਰੀ ਤੇ ਆਪਾਂ ਇਹਨਾਂ ਦਾ ਡਿਸਕਸ ਕਰਨ ਜਾ ਰਹੇ ਹਾਂ ਤਾਂ ਦੇਖਦੇ ਆਪਾਂ ਨਾਲ ਦੀ ਮਹੱਤਵਪੂਰਨ ਜਾਣਕਾਰੀ ਇਹਦੇ ਵਿੱਚ ਜਿਹੜਾ ਸਭ ਤੋਂ ਫਰਸਟ ਪੁਆਇੰਟ ਹੈ ਠੀਕ ਹੈ ਜੀ ਇਹਦੇ ਤੇ ਕੁਐਸਚਨ ਬਣ ਜਾਂਦਾ ਹੈ ਤੇ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਅਗਰਵਤ ਸਿੰਘ ਪ੍ਰੀਤ ਲੜੀ ਨੂੰ ਪੰਜਾਬੀ ਸਾਹਿਤ ਦੇ ਵਿੱਚ ਕੀ ਕਹਿ ਕੇ ਸਨਮਾਨਿਆ ਜਾਂਦਾ ਹੈ ਤੇ ਇਹਨਾਂ ਨੂੰ ਸ਼ਬਦਾਂ ਦਾ ਇੰਜੀਨੀਅਰ ਕਿਹਾ ਜਾਂਦਾ ਹੈ ਇਨਾਂ ਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ ਇਨਾਂ ਨੂੰ ਬੋਲੀ ਦੇ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਇਹ ਤੁਸੀ ਤਿੰਨੋਂ ਪੁਆਇੰਟ ਯਾਦ ਰੱਖਣੀ ਹੈ ਠੀਕ ਹੈ ਜੀ ਸ਼ਬਦਾਂ ਦਾ ਇੰਜੀਨੀਅਰ ਸ਼ਬਦਾਂ ਦਾ ਜਾਦੂਗਰ ਪੋਲੀ ਦਾ ਬਾਦਸ਼ਾਹ ਠੀਕ ਹੈ ਜੀ ਅੱਗੇ ਇਹਨਾਂ ਬਾਰੇ ਜਿਹੜਾ ਮੇਨ ਪੁਆਇੰਟ ਆ ਆਪਣੇ ਕੋਲ ਉਹ ਕੀ ਹੈ ਕਿ ਇਹਨਾਂ ਦੀ ਕੀ ਖੂਬੀ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਨੇ ਗਿਣਤੀ ਦੇ ਪੱਖੋਂ ਸਭ ਤੋਂ ਵੱਧ ਵਰਤਕ ਲਿਖੀ ਹੈ ਤੁਹਾਨੂੰ ਪੁੱਛਿਆ ਜਾਏ ਕੇ ਪੰਜਾਬੀ ਸਾਹਿਤ ਵਿੱਚ ਵਾਰਤਕਕਾਰਾਂ ਦੀ ਰਚਨਾ ਦੇ ਵਿੱਚ ਗਿਣਤੀ ਦੇ ਪੱਖ ਤੋਂ ਸਭ ਤੋਂ ਵੱਧ ਰਚਨਾ ਕਿਹੜੇ ਵਾਰਤਕਕਾਰ ਨੇ ਕੀਤੀ ਹੈ ਤਾਂ ਆਪਣਾ ਆਨਸਰ ਹੋਏਗਾ ਜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਠੀਕ ਹੈ ਜੀ ਇਹਨਾਂ ਦੇ ਤੁਸੀਂ ਲੇਖ ਸੰਗ੍ਰਹਿ ਦੀ ਗਿਣਤੀ ਵੀ ਯਾਦ ਰੱਖ ਸਕਦੇ ਹੋ 26 ਇਹਨਾਂ ਨੇ ਲੇਖ ਸੰਗ੍ਰਹਿ ਜਿਹੜੇ ਹੈ ਉਹ ਲਿਖੇ ਠੀਕ ਹੈ ਜੀ ਹੁਣ ਆਪਾਂ ਕਹੀਏ ਕਿ ਜੇ ਇਹਨਾਂ ਨੇ ਇੰਨੇ ਜ਼ਿਆਦਾ ਗਿਣਤੀ ਦੇ ਪੱਖ ਤੋਂ ਇੰਨੀ ਜ਼ਿਆਦਾ ਵਾਰਤਕ ਦੀ ਸਿਰਜਣਾ ਕੀਤੀ ਹੈ ਤਾਂ ਫਿਰ ਆਪਾਂ ਇਹਨਾਂ ਨੂੰ ਕੀ ਕਵਾਂਗੇ ਸਭ ਤੋਂ ਵੱਡੇ ਵਾਰਤਕ ਲਿਖਾਰੀ ਠੀਕ ਹੈ ਜੀ ਅਗਲੀ ਚੀਜ਼ ਆਪਣੇ ਕੋਲ ਇਹ ਬੰਦੀ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਡੇ ਵਾਰਤਕ ਲਿਖਾਰੀ ਹੋਣ ਦਾ ਮਾਣ ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਹਾਸਲ ਹੈ ਠੀਕ ਜੀ ਇਹਨਾਂ ਦੋਨੇ ਪੁਆਇੰਟਾਂ ਦੇ ਵਿੱਚ ਆਪਣੇ ਕੋਲ ਕੁਐਸ਼ਨ ਸ਼ਿਪੇ ਹੋਏ ਨੇ ਦੋਨਾਂ ਦੇ ਵਿੱਚੋਂ ਆ ਸਕਦੇ ਨੇ ਠੀਕ ਹੈ ਜੀ ਥਰਡ ਪੁਆਇੰਟ ਤੁਸੀਂ ਇਹ ਯਾਦ ਰੱਖਣਾ ਕਿ ਵਾਰਤਕ ਦੇ ਸਭ ਤੋਂ ਵੱਡੇ ਲਿਖਾਰੀ ਹੋਣ ਦਾ ਮਾਣ ਹਾਸਲ ਹੈ ਅਗਲਾ ਜਿਹੜਾ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਦਾ ਕੇਂਦਰ ਬਿੰਦੂ ਰਿਹਾ ਉਸ ਤੇ ਆਧਾਰਿਤ ਆਪਣੇ ਕੋਲੇ ਫੋਰਥ ਪੁਆਇੰਟ ਹੈ ਠੀਕ ਹੈ ਜੀ ਤਾਂ ਦੇਖਦੇ ਆਪਾਂ ਦਾ 4th ਪੁਆਇੰਟ ਇਨਾਂ ਦੀਆਂ ਜਿਹੜੀਆਂ ਸਾਰੀਆਂ ਰਚਨਾਵਾਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇਹਨਾਂ ਨੇ ਸਾਰੇ ਵਿਧਾ ਦੇ ਵਿੱਚ ਰਚਨਾ ਕੀਤੀ ਹੈ ਨਾਵਲ ਦੇ ਵਿੱਚ ਨਾਟਕ ਦੇ ਵਿੱਚ ਹੈ ਨਾ ਕਵਿਤਾਵਾਂ ਵੀ ਲਿਖੀਆਂ ਨੇ ਜੀਵਨੀ ਲਿਖੀ ਹੈ ਸਵੈ ਜੀਵਨੀ ਲਿਖੀ ਹੈ ਸਾਰੀਆਂ ਰਚਨਾਵਾਂ ਦਾ ਜਿਹੜਾ ਕੇਂਦਰੀ ਸੰਕਲਪ ਆਪਣੇ ਕੋਲੇ ਪ੍ਰੀਤ ਹੈ ਇਹਨਾਂ ਨੇ ਪ੍ਰੀਤ ਦੇ ਆਧਾਰਤ ਸਾਰੀਆਂ ਰਚਨਾਵਾਂ ਕੀਤੀਆਂ ਨੇ ਠੀਕ ਹੈ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹਨਾਂ ਨੇ ਪੰਜਾਬੀ ਸਾਹਿਤ ਦੇ ਲਈ ਪ੍ਰੀਤ ਦੇ ਰੰਗ ਲੈ ਸੁਪਨੇ ਸਿਰਜੇ ਹਨ ਪੰਜਾਬੀ ਸਾਹਿਤ ਵਿੱਚ ਪ੍ਰੀਤ ਦਾ ਸਿਧਾਂਤ ਲੈ ਕੇ ਆਏ ਹੈ ਤੇ ਰਚਨਾਵਾਂ ਦਾ ਕੇਂਦਰੀ ਸੰਕਲਪ ਪ੍ਰੀਤ ਹੈ ਠੀਕ ਹੈ ਜੀ ਇਹਦੇ ਵਿੱਚੋਂ ਤੁਹਾਨੂੰ ਵੀ ਪੁੱਛਿਆ ਜਾ ਸਕਦਾ ਹੈ ਕਿ ਪ੍ਰੀਤ ਦੇ ਰੰਗਲੇ ਸੁਪਨੇ ਕਿੰਨਾ ਨੇ ਸਿਰਜੇ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਪ੍ਰੀਤ ਦਾ ਸੰਕਲਪ ਕੌਣ ਲੈ ਕੇ ਆਇਆ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀਆਂ ਰਚਨਾਵਾਂ ਦਾ ਕੇਂਦਰੀ ਸੰਕਲਪ ਕੀ ਹੈ ਤਾਂ ਜਿਹੜਾ ਇਹਨਾਂ ਦਾ ਕੇਂਦਰੀ ਸੰਕਲਪ ਉਹ ਪ੍ਰੀਤ ਹੈ ਠੀਕ ਹੈ ਜੀ ਅੱਗੇ ਇਹਨਾਂ ਦਾ ਇੱਕ ਆਪਣਾ ਮੌਲਿਕ ਸਿਧਾਂਤ ਹੈ ਠੀਕ ਹੈ ਇਹ ਸਿਧਾਂਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਦੇ ਨਾਲ ਜੁੜਿਆ ਹੋਇਆ ਸਿਧਾਂਤ ਹੈ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਠੀਕ ਹੈ ਜੀ ਇਹਨਾਂ ਦਾ ਆਵਦਾ ਸਿਧਾਂਤ ਹੈ ਇਹ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਇਹ ਸਿਧਾਂਤ ਨੂੰ ਕੀ ਕਿਹਾ ਜਾਂਦਾ ਹੈ ਇਸ ਸਿਧਾਂਤ ਨੂੰ ਅਫਲਾਤੂਨੀ ਪਿਆਰ ਦਾ ਸਿਧਾਂਤ ਕਿਹਾ ਜਾਂਦਾ ਹੈ ਠੀਕ ਹੈ ਜੀ ਤੁਸੀਂ ਇਹਦੇ ਬਾਰੇ ਯਾਦ ਰੱਖਣਾ ਹੈ ਅੱਗੇ ਜੇ ਆਪਾਂ ਨਾਲ ਬਾਰੇ ਡਿਸਕਸ ਕਰਨ ਜਾ ਰਹੇ ਹਾਂ ਜੀ ਇਹਨਾਂ ਦੀ ਸਟਡੀ ਬਾਰੇ ਤੋ ਦੇਖੋ ਜੀ 1917 ਦੇ ਵਿੱਚ ਇਹਨਾਂ ਨੇ ਰੁੜਕੀ ਤੋਂ ਸਿਵਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਉੱਪਰ ਆਪਾਂ ਪੜ੍ਹ ਕੇ ਆਏ ਵੀ ਇਹਨਾਂ ਨੂੰ ਸ਼ਬਦਾਂ ਦਾ ਇੰਜੀਨੀਅਰ ਵੀ ਕਿਹਾ ਜਾਂਦਾ ਤਾਂ ਸ਼ਬਦਾਂ ਦਾ ਇੰਜੀਨੀਅਰ ਨੂੰ ਤੁਸੀਂ ਇਸ ਸੀਜ਼ ਨਾਲ ਕੋਰਿਲੇਟ ਕਰਕੇ ਯਾਦ ਕਰ ਸਕਦੇ ਹੋ ਕਿ ਇਹਨਾਂ ਨੇ 1917 ਦੇ ਵਿੱਚ ਰੁੜਕੀ ਤੋਂ ਸਿਵਲ ਇੰਜੀਨੀਅਰ ਦਾ ਡਿਪਲੋਮਾ ਜਿਹੜਾ ਹੈ ਉਹ ਕੀਤਾ ਏ ਠੀਕ ਹੈ ਇਸ ਤੋਂ ਉਪਰੰਤ ਇਹਨਾਂ ਨੇ ਹੋਰ ਕੀ ਕੀਤਾ ਇੰਜੀਨੀਅਰ ਦੀ ਡਿਗਰੀ ਕੀਤੀ ਹੈ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਤੋਂ ਠੀਕ ਹੈ ਜੀ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਤੋਂ ਇਹਨਾਂ ਨੇ ਜਿਹੜੀ ਹੈਗੀ ਐ ਇੰਜੀਨੀਅਰਿੰਗ ਦੀ ਡਿਗਰੀ ਵੀ ਕੀਤੀ ਐ ਪਲੱਸ ਹੋਰ ਇਹਨਾਂ ਦੇ ਕੀ ਚੀਜ਼ ਆ ਸਭ ਤੋਂ ਇੰਪੋਰਟੈਂਟ ਉਹ ਹੈਗੀ ਐ ਇਹਨਾਂ ਨੇ ਅਮਰੀਕਾ ਦੇ ਮਾਹੌਲ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਪਿਆ ਠੀਕ ਹੈ ਜੀ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਕਿਸ ਪੰਜਾਬੀ ਲੇਖਕ ਤੇ ਵਿਦੇਸ਼ ਦਾ ਪ੍ਰਭਾਵ ਜਾਂ ਵਿਦੇਸ਼ ਯਾਤਰਾ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਪਿਆ ਤੋ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਿਨ੍ਹਾਂ ਦੇ ਉੱਪਰ ਅਮਰੀਕਾ ਦਾ ਬਹੁਤ ਜ਼ਿਆਦਾ ਪ੍ਰਭਾਵ ਸੀਗਾ ਠੀਕ ਹੈ ਇਥੋਂ ਹੀ ਇਹਨਾਂ ਨੇ ਆਪਣੇ ਕੋਲ ਕੀ ਹੈਗਾਗਾ ਜਿਹੜਾ ਫਰਾਇਡ ਹੈ ਫਰਾਇਡ ਦੇ ਮਨੋਵਿਗਿਆਨਿਕ ਸਿਧਾਂਤ ਕਬੂਲਿਆ ਹੈਗਾ ਫਰਾਇਡ ਦਾ ਮਨੋਵਿਗਿਆਨਿਕ ਸਿਧਾਂਤ ਜਿਹੜਾ ਕਿ ਜਿਵੇਂ ਪੁੱਤਰ ਦਾ ਮਦਰ ਦੇ ਨਾਲ ਮਾਂ ਦੇ ਨਾਲ ਪ੍ਰੇਮ ਉਹ ਵਾਲਾ ਉਹਲਾ ਪ੍ਰਭਾਵ ਜਿਹੜਾ ਇਥੋਂ ਇਹਨਾਂ ਨੇ ਕਬੂਲਿਆ ਹੈਗਾ ਇਹਨਾਂ ਨੇ ਇਸ ਤੋਂ ਬਾਅਦ ਜਦੋਂ ਰਚਨਾ ਕੀਤੀ ਤਾਂ ਇਹਨਾਂ ਤੇ ਅਮਰੀਕੀ ਮਾਹੌਲ ਦਾ ਇੰਨਾ ਜ਼ਿਆਦਾ ਪ੍ਰਭਾਵ ਸੀਗਾ ਕਿ ਇਹਨਾਂ ਨੇ ਕਾਮਿਕ ਦਿਸ਼ਾਵਾਂ ਦੇ ਵਿੱਚ ਖੁੱਲ੍ਹ ਕੇ ਗੱਲ ਕੀਤੀ ਹੈ ਠੀਕ ਹੈ ਜੀ ਤਾਂ ਇਹਨਾਂ ਨੇ ਪੰਜਾਬੀ ਸਾਹਿਤ ਉਹਦੀ ਦਿਸ਼ਾ ਜਿਹੜੀ ਹੈ ਬਿਲਕੁਲ ਬਦਲ ਦਿੱਤੀ ਠੀਕ ਅਗিয়ে ਦੇ ਵਿੱਚ ਆ ਕੁਐਸਚਨ ਲਿਖਿਆ ਵੀ ਪਿਆ ਇਹ ਕੁਐਸਚਨ ਆ ਜਾਂਦਾ ਹੈ ਕਿ ਵਿਦੇਸ਼ ਯਾਤਰਾ ਦਾ ਸਭ ਤੋਂ ਵੱਧ ਪ੍ਰਭਾਵ ਕਿਸ ਤੇ ਪਿਆ ਤਾਂ ਅਮਰੀਕਾ ਦੀ ਵਿਸ਼ੇਸ਼ ਯਾਤਰਾ ਵਿਦੇਸ਼ ਯਾਤਰਾ ਦਾ ਪ੍ਰਭਾਵ ਗੁਰਬਖ ਸਿੰਘ ਪ੍ਰੀਤਲੜੀ ਤੇ ਪਿਆ ਇੱਕ ਚੀਜ਼ ਹੋਰ ਇਹਨਾਂ ਨਾਲ ਰਿਲੇਟ ਹੈ ਇਹਨਾਂ ਨੂੰ ਅਮਰੀਕੀ ਉਪਾਸ਼ਕ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਉਹ ਉਦੋਂ ਤੱਕ ਅਮਰੀਕਾ ਦਾ ਪ੍ਰਭਾਵ ਕਬੂਲ ਦੇ ਰਿਹਾ ਹੈ ਜਦੋਂ ਤੱਕ ਹਿਰੋਸ਼ੀਮਾ ਨਾਗੋਸ ਨਾਗਾਸਾਕੀ ਵਾਲਾ ਜਿਹੜਾ ਕਾਂਡ ਹੈ ਉਹ ਨਹੀਂ ਵਾਪਰ ਜਾਂਦਾ ਜਦੋਂ ਹਿਰੋਸ਼ੀਮਾ ਨਾਗਾਸਾਕੀ ਵਾਲਾ ਕਾਂਡ ਵਾਪਰਦਾ ਤਾਂ ਉਸ ਤੋਂ ਪ੍ਰੰਤ ਇਹਨਾਂ ਤੇ ਅਮਰੀਕਾ ਦਾ ਪ੍ਰਭਾਵ ਜਿਹੜਾ ਹੈ ਉਹ ਘਟਦਾ ਏ ਪਰ ਇਹ ਅਮਰੀਕਾ ਫਾਸ਼ਿਕ ਜਿਹੜੇ ਹੈਗੇ ਆ ਆਪਦੀਆਂ ਸ਼ੁਰੂਆਤੀ ਰਚਨਾਵਾਂ ਦੇ ਵਿੱਚ ਰਹੀ ਹੈ ਤਾਂ ਜਾਂ ਸਭ ਤੋਂ ਵੱਧ ਪ੍ਰਭਾਵ ਇਹਨਾਂ ਤੇ ਅਮਰੀਕਾ ਦਾ ਰਿਹਾ ਏ ਉਹ ਤਾਂ ਹੀ ਰਿਹਾ ਕਿਉਂਕਿ ਇਹਨਾਂ ਦੀ ਐਜੂਕੇਸ਼ਨ ਜਿਹੜੀ ਹੈਗੀ ਉਹ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਤੋਂ ਸੀ ਠੀਕ ਹੈ ਜੀ ਅੱਗੇ ਆਪਾਂ ਇਹਨਾਂ ਬਾਰੇ ਹੋਰ ਜਿਹੜੇ ਮਹੱਤਵਪੂਰਨ ਤੱਥ ਆ ਉਹਨਾਂ ਦੀ ਜਾਣਕਾਰੀ حاصل ਕਰਦੇ ਹਾਂ ਤਾਂ ਅੱਗੇ ਦੇਖੋ ਜੀ ਇਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਜਿਹੜੇ ਪਿਤਾ ਜੀ ਆ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਜਿਹੜੀ ਨੌਕਰੀ ਹੈ ਉਹ ਵੀ ਸ਼ੁਰੂ ਕੀਤੀ ਹੈ ਤਾਂ ਇਹਨਾਂ ਦੀ ਜਿਹੜੀ ਪਹਿਲੀ ਨੌਕਰੀ ਪਹਿਲੀ ਜਿਹੜੀ ਇਹਨਾਂ ਨੇ ਨੌਕਰੀ ਉਹ ਕਿੱਥੇ ਕੀਤੀ ਹੈ ਕਹਿੰਦੇ ਪਿਤਾ ਦੀ ਮੌਤ ਅਪਰੰਤ 10ਵੀਂ ਤੋਂ ਬਾਅਦ 15 ਰੁਪਏ ਮਹੀਨਾ ਤੇ ਇਹਨਾਂ ਨੇ ਕਲਰਕ ਦੀ ਨੌਕਰੀ ਕੀਤੀ ਸੀ ਠੀਕ ਹੈ ਜੀ ਇਸ ਤੋਂ ਬਾਅਦ ਇਹ 1925 ਤੋਂ ਲੈ ਕੇ 1931 ਤੱਕ ਰੇਲਵੇ ਦੇ ਵਿੱਚ ਇੰਜੀਨੀਅਰ ਦੀ ਨੌਕਰੀ ਵੀ ਇਹਨਾਂ ਨੇ ਕੀਤੀ ਹੈ ਠੀਕ ਹੈ ਜੀ ਆਪ ਉਸੇ ਦੀਆਂ ਤਰੀਕੀ ਯਾਦ ਰੱਖਣੀ ਹੈ ਕਿ 1925 ਤੋਂ ਲੈ ਕੇ 1931 ਤੱਕ ਇਹਨਾਂ ਨੇ ਰੇਲਵੇ ਦੇ ਵਿੱਚ ਇੰਜੀਨੀਅਰ ਦੀ ਨੌਕਰੀ ਜਿਹੜੀ ਹੈ ਉਹ ਕੀਤੀ ਹੈ ਠੀਕ ਹੈ ਜੀ ਅਗੇ ਇਹਨਾਂ ਦੇ ਸਾਹਿਤਕ ਜੀਵਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਸਿੱਧ ਗੱਲ ਹੈਗੀ ਹੈ ਇਹਨਾਂ ਨੇ 1933 ਦੇ ਵਿੱਚ ਇਕ ਆਪਣਾ ਰਸਾਲਾ ਦਿੱਤਾ ਸੀ ਪ੍ਰੀਤ ਲੜੀ ਰਸਾਲਾ ਠੀਕ ਹੈ ਜੀ ਇਹਦੇ ਵਿੱਚ ਇਹ ਕੁਐਸਚਨ ਪੁੱਛ ਲਿਆ ਜਾਂਦਾ ਕਿ ਇਹਨਾਂ ਨੇ ਕਿਹੜਾ ਰਸਾਲਾ ਦਿੱਤਾ ਸੀ ਤਾਂ ਤੁਸੀਂ ਇਹਦਾ ਨਾਮ ਯਾਦ ਰੱਖਣਾ ਜੀ ਪ੍ਰੀਤ ਲੜੀ ਰਸਾਲਾ ਅਗਲਾ ਤੁਹਾਨੂੰ ਇਹਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਵੇਂ ਦਾ ਪੱਤਰ ਹੈ ਮਾਸਿਕ ਪੱਤਰ ਹੈ ਠੀਕ ਹੈ ਜੀ ਦੈਨਿਕ ਪੱਤਰ ਹੈ ਤਾਂ ਤੁਸੀਂ ਧਿਆਨ ਰੱਖਣਾ ਜੀ ਮਾਸਿਕ ਪੱਤਰ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਕੁਐਸਚਨ ਹੋਰ ਤੁਸੀਂ ਐਡ ਕਰ ਲਓ ਠੀਕ ਹੈ ਜੀ ਤੁਸੀਂ ਇਹਨੂੰ ਨੋਟ ਕਰਕੇ ਰੱਖਿਓ ਕਿ ਜਿਹੜਾ ਗੁਰਬਖਸ਼ ਲੜੀ ਦਾ ਪ੍ਰੀਤ ਲੜੀ ਰਸਾਲਾ ਹੈ ਕਿੱਥੋਂ ਸ਼ੁਰੂ ਹੁੰਦਾ ਹੈ ਨੁਸ਼ਹਿਰਾ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਜੀ ਤੇ ਕਿੱਥੋਂ ਸ਼ੁਰੂ ਹੋ ਰਿਹਾ ਇਹ ਨੋ ਸ਼ਹਿਰਾ ਤੋਂ ਨੋ ਸ਼ਹਿਰਾ ਠੀਕ ਹੈ ਜੀ ਇੱਥੋਂ ਇਹ ਸਟਾਰਟ ਹੁੰਦਾ ਨੋ ਸ਼ਹਿਰਾ ਤੋਂ ਅੱਗੇ ਆਪਾਂ ਇਹਨਾਂ ਬਾਰੇ ਡਿਸਕਸ ਕਰਦੇ ਆ ਜਿਹੜਾ ਇਹਨਾਂ ਨੇ ਲਾਈਫ ਦੇ ਵਿੱਚ ਬਹੁਤ ਹੀ ਵੱਡਾ ਕਾਰਜ ਕੀਤਾ ਹੈ ਉਹ ਕੀ ਹੈ ਇਹਨਾਂ ਨੇ 1938 ਦੇ ਵਿੱਚ ਪ੍ਰੀਤ ਨਗਰ ਦੀ ਸਥਾਪਨਾ ਜਿਹੜੀ ਹੈ ਉਹ ਕੀਤੀ ਹੈ ਠੀਕ ਹੈ ਜੀ ਤਾਂ ਪੁੱਛਿਆ ਜਾਊ ਤੁਹਾਨੂੰ ਪੇਪਰ 'ਚ ਕੁਐਸਚਨ ਪ੍ਰੀਤਨਗਰ ਦੀ ਸਥਾਪਨਾ ਕਿੰਨਾਂ ਨੇ ਕੀਤੀ ਗੁਰਬਖ ਸਿੰਘ ਪ੍ਰੀਤਲੜੀ ਨੇ ਦੂਸਰਾ ਇਹ ਚ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਪ੍ਰੀਤਨਗਰ ਵਸਾਇਆ ਸੀ ਨਾ ਉੱਥੇ ਜਿਹੜੇ ਬਾਕੀ ਸਾਹਿਤਕਾਰ ਆ ਆ ਕੇ ਰਹਿੰਦੇ ਸੀ ਉੱਥੇ ਤਾਂ ਹੀ ਉਸ ਨੂੰ ਕੀ ਕਿਹਾ ਜਾਂਦਾ ਸੀਗਾ ਉਹਨੂੰ ਆਪਾਂ ਕਹਿੰਦੇ ਸੀਗੇ ਸਾਹਿਤਕਾਰਾਂ ਦਾ ਮੱਕਾ ਠੀਕ ਹੈ ਜੀ ਤੋਨੂੰ ਕੀ ਕਿਹਾ ਜਾਂਦਾ ਸੀ ਪ੍ਰੀਤਨਗਰ ਦੀ ਸਥਾਪਨਾ ਕੀਤੀ ਇਹਨੂੰ ਸਾਹਿਤਕਾਰਾਂ ਦਾ ਮੱਕਾ ਵੀ ਕਿਹਾ ਜਾਂਦਾ ਸੀਗਾ ਠੀਕ ਹੈ ਜੀ ਹੁਣ ਅਗਰ ਤੁਹਾਨੂੰ ਪੁੱਛਿਆ ਜਾਵੇ ਵੀ ਹੁਣ ਇਹ ਕਿੱਥੇ ਸਥਿਤ ਹੈ ਤਾਂ ਹੁਣ ਇਹ ਆਪਣੇ ਕੋਲੇ ਪ੍ਰੀਤਨਗਰ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ ਤੇ ਇਹਦੇ ਨਾਲ ਤੁਹਾਨੂੰ ਹੋਰ ਮੈਂ ਐਕਸਟਰਾ ਜਾਣਕਾਰੀ ਦੇ ਦਾਂ ਕਿ ਇਹ ਇਹਨਾਂ ਨੇ ਕਿਵੇਂ ਸ਼ੁਰੂ ਕਦੋਂ ਸ਼ੁਰੂ ਕੀਤਾ ਕਿਵੇਂ ਕੀ ਸ਼ੁਰੂਆਤ ਕੀਤੀ ਤਾਂ ਇਹਨਾਂ ਨੇ ਪ੍ਰੀਤਨਗਰ ਦੀ ਸਥਾਪਨਾ ਦੇ ਲਈ ਕਿਉਂਕਿ ਇਹਨਾਂ ਉੱਤੇ ਅਮਰੀਕਾ ਦਾ ਪ੍ਰਭਾਵ ਸੀਗਾ ਤੇ ਚਾਹੁੰਦੇ ਸੀਗੇ ਜਿਵੇਂ ਦੇ ਅਮਰੀਕਾ ਵਰਗੇ ਦੇਸ਼ ਹੈ ਉਵੇਂ ਦਾ ਕਲਚਰ ਆਪਣੇ ਭਾਰਤ ਦੇ ਵਿੱਚ ਵੀ ਹੋਵੇ ਤਾਂ ਉਸ ਚੀਜ਼ ਦਾ ਉਹ ਕਲਚਰ ਲੈ ਕੇ ਆਉਣ ਦੇ ਲਈ ਇਹਨਾਂ ਨੇ ਪ੍ਰੀਤਨਗਰ ਦੀ ਜਿਹੜੀ ਸਥਾਪਨਾ ਹੈ ਉਹ ਕੀਤੀ ਹੈ ਠੀਕ ਹੈ ਜੀ ਤਾਂ ਪ੍ਰੀਤਨਗਰ ਦੀ ਸਥਾਪਨਾ ਦੇ ਲਈ ਇਹਨਾਂ ਨੇ ਕੀ ਕੀਤਾ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ ਵਾਲੇ ਏਰੀਆ ਦੇ ਵਿੱਚ ਇਹਨਾਂ ਨੇ 15 ਏਕੜ ਜ਼ਮੀਨ ਜਿਹੜੀ ਉਹ ਖਰੀਦੀ ਠੀਕ ਹੈ ਜੀ ਉਹ ਜ਼ਮੀਨ ਖਰੀਦ ਕੇ ਇਹਨਾਂ ਨੇ ਜਿਹੜਾ ਹੈ ਪ੍ਰੀਤਨਗਰ ਦੀ ਸਥਾਪਨਾ ਕੀਤੀ ਪਰ 1947 ਦੀ ਵੰਡ ਵੇਲੇ ਜਿਹੜਾ ਪ੍ਰੀਤਨਗਰ ਹੈ ਉਹ ਉਜੜ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਇਹੀ ਪ੍ਰੀਤਨਗਰ ਉਹਨਾਂ ਨੇ ਲੋਪੋ ਕੋ ਦੇ ਵਿੱਚ ਦੁਬਾਰਾ ਵਸਾਇਆ 1950 ਦੇ ਵਿੱਚ ਤੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇੱਕ ਵਾਰੀ ਪ੍ਰੀਤਨਗਰ ਦੇ ਉਜੜ ਜਾਣ ਤੋਂ ਬਾਅਦ ਦੁਬਾਰਾ ਕਿੰਨੀ ਈਸਵੀ ਦੇ ਵਿੱਚ ਇਹਨੂੰ ਵਸਾਇਆ ਗਿਆ ਤਾਂ ਤੁਸੀਂ ਯਾਦ ਰੱਖਿਓ ਜੀ ਇਹਨੂੰ ਦੁਬਾਰਾ 1950 ਈਸਵੀ ਦੇ ਵਿੱਚ ਦੁਬਾਰਾ ਜਿਹੜਾ ਹੈ ਦੀ ਮੁੜ ਸਥਾਪਨਾ ਜਿਹੜੀ ਹੈ ਉਹ ਕੀਤੀ ਗਈ ਠੀਕ ਹੈ ਜੀ ਅੱਗੇ ਦੇ ਨਾਲ ਹੋਰ ਆਪਣੇ ਕੋਲੇ ਜਿਹੜੇ ਇੰਪੋਰਟੈਂਟ ਤੱਤ ਉਹ ਆਪਾਂ ਦੇਖਦੇ ਹੈਗੇ ਆਂ ਜਿਹੜਾ ਇਹ ਪ੍ਰੀਤਨਗਰ ਹੈ ਉਹਦੇ ਉਹਦਾ ਮਤਲਬ ਸੰਕਲਪ ਕੀ ਸੀਗਾ ਕੀ ਮਤਲਬ ਕਿਸ ਵਿਚਾਰਧਾਰਾ ਤੇ ਆਧਾਰਿਤ ਸੀਗਾ ਤਾਂ ਪ੍ਰੀਤਨਗਰ ਦੀ ਸਥਾਪਨਾ ਪ੍ਰੀਤ ਲੜੀ ਦੇ ਪਿਆਰ ਨਾਲ ਬਿਨਾਂ ਭੇਦਭਾਵ ਦੇ ਰਹਿਣ ਦੀ ਵਿਚਾਰਧਾਰਾ ਤੇ ਆਧਾਰਿਤ ਸੀ ਪਹਿਲੀ ਗੱਲ ਤਾਂ ਇਹੀ ਹੈ ਵੀ ਇਹ ਚਾਹੁੰਦੇ ਸੀ ਇੱਕ ਇਹੋ ਜਿਹਾ ਏਰੀਆ ਹੋਵੇ ਜਿੱਥੇ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਮਤਲਬ ਕਿਸੇ ਦੇ ਉੱਚ-ਨੀਚ ਦੇ ਉਸ ਸਥਾਨ ਤੇ ਰਿਹਾ ਜਾ ਸਕੇ ਠੀਕ ਹੈ ਜੀ ਇਸ ਵਿਚਾਰਧਾਰਾ ਨੂੰ ਲੈ ਕੇ ਇਹਨਾਂ ਨੇ ਪ੍ਰੀਤਨਗਰ ਦੀ ਸਥਾਪਨਾ ਕੀਤੀ ਸੀ ਤੇ ਇਹ ਵਿਚਾਰਤਾਰਾ ਆਹ ਜਿਹੜਾ ਨਾਮ ਹੈ ਬਹੁਤ ਇੰਪੋਰਟੈਂਟ ਹੈ ਕਿਹਦੀ ਵਿਚਾਰਤਾਰਾ ਦੇ ਨਾਲ ਮੇਲ ਖਾਂਦੀ ਸੀ ਇਹ ਬਰਟਰੰਡ ਰਸਲ ਦੀ ਵਿਚਾਰਤਾਰਾ ਦੇ ਨਾਲ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਆਪਣੇ ਪੁੱਛਿਆ ਜਾ ਸਕਦਾ ਹੈ ਕਿਹਦੀ ਵਿਚਾਰਤਾਰਾ ਕਿਹਦੇ ਨਾਲ ਮੇਲ ਖਾਂਦੀ ਸੀ ਤਾਂ ਜਿਹੜੀ ਇਹਦੀ ਵਿਚਾਰਤਾਰਾ ਹੈਗੀ ਆ ਉਹ ਆਪਣੇ ਕੋਲੇ ਬਰਟਰੰਡ ਰਸਲ ਦੇ ਨਾਲ ਵਿਚਾਰਤਾਰਾ ਦੇ ਨਾਲ ਮੇਲ ਖਾਂਦੀ ਸੀ ਠੀਕ ਹੈ ਜੀ ਇਹ ਤਾਂ ਜਿਹੜਾ ਪ੍ਰੀਤਲੜੀ ਨਗਰ ਇਹਨਾਂ ਨੇ ਵਸਾਇਆ ਇਹਨਾਂ ਬਾਰੇ ਪੋਜ਼ਿਟਿਵ ਜਾਣਕਾਰੀ ਸੀਗੀ ਠੀਕ ਹੈ ਜੀ ਉਦੋਂ ਦੇ ਕਲਚਰ ਦੇ ਵਿੱਚ ਕੁਸ਼ੇ ਦੇ ਬਾਰੇ ਨੈਗੇਟਿਵ ਤੱਤ ਵੀ ਹੈਗੇ ਆ ਜਿਹੜਾ ਮੈਂ ਤੁਹਾਨੂੰ ਐਕਸਟਰਾ ਨੌਲੇਜ ਦੇ ਲਈ ਦੱਸ ਦਿੰਨੀ ਆ ਤਾਂ ਜਿਹੜੇ ਆਪਣੇ ਹੈਗੇ ਆ ਰਾਈਟਰ ਨਾਵਲਕਾਰ ਨੇ ਪ੍ਰਸਿੱਧ ਨਾਨਕ ਸਿੰਘ ਉਹਨਾਂ ਨੇ ਆਪਣੀ ਜੀਵਨੀ ਲਿਖੀ ਸਵੈ ਜੀਵਨੀ ਜਿਹਦਾ ਜਿਹਦਾ ਕੀ ਸਵੈ ਜੀਵਨੀ ਦਾ ਨਾਮ ਸੀਗਾ ਮੇਰੀ ਦੁਨੀਆ ਉਹਨਾਂ ਚ ਇਹਨਾਂ ਨੇ ਦੱਸਿਆ ਕਿ ਜਿਹੜਾ ਪ੍ਰੀਤਨਗਰ ਹੈ ਕੈਨ ਨੂੰ ਤਾਂ ਇਹ ਵਿਚਾਰਤਾ ਤੇ ਆਧਾਰਿਤ ਸੀਗਾ ਵੀ ਇੱਥੇ ਬਿਨਾਂ ਪੈਦਪਾਵ ਦੇ ਰਹਿ ਜਾਊਗਾ ਪਰ ਉਹ ਕਹਿੰਦੇ ਜਦੋਂ ਅਸੀਂ ਇੱਥੇ ਜਾ ਕੇ ਵੇਖਿਆ ਤਾਂ ਇੱਥੇ ਸਾਹਿਤਕਾਰਾਂ ਦੇ ਰਹਿਣ ਦੇ ਲਈ ਤਾਂ ਅਲੀਸ਼ਾਨ ਜਿਹੜੇ ਹੈਗੇ ਆ ਮਕਾਨ ਉਹ ਬਣੇ ਹੋਏ ਸੀਗੇ ਪਰੰਤੂ ਜਿਹੜੇ ਉੱਥੇ ਉਹਨਾਂ ਦੇ ਮਤਲਬ ਸਫਾਈ ਵਾਲੇ ਵਰਕਰ ਸੀਗੇ ਉਹਨਾਂ ਦੇ ਜਾਂ ਛੋਟੇ ਲੋਕਾਂ ਦੇ ਲਈ ਰਹਿਣ ਦੇ ਵਾਸਤੇ ਛੋਟੇ-ਛੋਟੇ ਕਮਰੇ ਸੀਗੇ ਠੀਕ ਹੈ ਜੀ ਤਾਂ ਜਿਹੜੇ ਆਪਣੇ ਪ੍ਰਸਿੱਧ ਨਾਵਲਕਾਰ ਹੋਏ ਨੇ ਨਾਨਕ ਸਿੰਘ ਉਨਨਾ ਨੇ ਆਪਣੀ ਮੇਰੀ ਦੁਨੀਆ ਸਵੈ ਜੀਵਨੀ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਕਿ ਜਿਹੜੀ ਪ੍ਰੀਤਨਗਰ ਹੈ ਉਹਦੀ ਅਸਲੀਅਤ ਕੀ ਸੀ ਠੀਕ ਹੈ ਜੀ ਪਰ ਆਪਾਂ ਪੇਪਰ ਦੇ ਪੁਆਇੰਟ ਆਫ View ਦੇ ਨਾਲ ਆਪਣੀਆਂ ਦੀਆਂ ਪੋਜ਼ਿਟਿਵ ਗੱਲਾਂ ਨੇ ਜਿਹੜੀਆਂ ਉਹੀ ਯਾਦ ਰੱਖਣੀਆਂ ਤਾਂ ਤੁਸੀਂ ਬਸ ਇਹਦੇ ਵਿੱਚ ਇਹੀ ਯਾਦ ਰੱਖਣਾ ਕਿ 1938 ਦੇ ਵਿੱਚ ਇਹਦੀ ਸਥਾਪਨਾ ਹੋਈ ਹੈ ਸਾਹਿਦਕਾਰਾਂ ਦਾ ਮੱਕਾ ਇਹਨੂੰ ਕਿਹਾ ਜਾਂਦਾ ਸੀਗਾ ਹੁਣ ਇਹ ਲੋਪੋਕੇ ਦੇ ਵਿੱਚ ਹੈ ਤੇ ਬਰਟ ਰੈਂਡ ਰਸਲ ਦੀ ਜਿਹੜੀ ਵਿਚਾਰਧਾਰਾ ਉਹਦੇ ਨਾਲ ਇਹ ਮੇਲ ਖਾਂਦਾ ਹੈ ਠੀਕ ਹੈ ਜੀ ਅੱਗੇ ਆਪਾਂ ਨੈਕਸਟ ਦੇਖਦੇ ਹਾਂ ਜੀ ਇਹਨਾਂ ਬਾਰੇ ਇਹਨਾਂ ਨੇ ਕੀ ਹੈਗਾ 1940 ਦੇ ਵਿੱਚ ਇੱਕ ਬਾਲ ਸੰਦੇਸ਼ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਇਹ ਕੀ ਸੀਗਾ ਬੱਚਿਆਂ ਦੇ ਲਈ ਪత్రికਾ ਕਹਿ ਲਓ ਬਾਲ ਸੰਦੇਸ਼ 1940 ਦੇ ਵਿੱਚ ਤੇ ਸੀ ਕੀ ਇਹ ਆਪਣੇ ਕੋਲੇ ਮਾਸਿਕ ਪੱਤਰ ਸੀਗਾ ਠੀਕ ਹੈ ਜੀ ਅਗ੍ਹੀ ਆਪਾਂ ਇਹਨਾਂ ਬਾਰੇ ਡਿਸਕਸ ਕਰਦੇ ਹਾਂ ਜੀ 11th ਪੁਆਇੰਟ ਤਾਂ ਦੇਖੋ ਜੀ ਆਪਣੇ ਕੋਲ ਜਿਹੜਾ 11th ਪੁਆਇੰਟ ਹੈ ਉਹਦੇ ਵਿੱਚ ਕੀ ਕਿਹਾ ਜਾ ਰਿਹਾ ਜਦੋਂ ਇਹ ਅਮਰੀਕਾ ਤੋਂ ਵਾਪਸ ਭਾਰਤ ਦੇ ਵਿੱਚ ਆਏ ਤੋ ਇਥੇ ਆ ਕੇ ਇਹਨਾਂ ਨੇ ਸਮਾਜ ਨੂੰ ਸੁਧਾਰਨ ਵਾਲੇ ਵੀ ਕਈ ਕੰਮ ਕੀਤੇ ਠੀਕ ਹੈ ਜੀ ਇੱਕ ਤਾਂ ਵਾਰਤਿਕ ਦੀ ਦਿਸ਼ਾ ਚੇਂਜ ਕੀਤੀ ਐ ਤਾਂ ਕੀ ਕੁਛ ਭਾਰਤ ਦੇ ਵਿੱਚ ਇਹਨਾਂ ਨੇ ਸੁਧਾਰ ਕੀਤਾ ਉਹ ਆਪਾਂ ਦੇਖਦੇ ਆਂ ਇਹਨਾਂ ਨੇ ਭਾਰਤ ਵਿੱਚ ਸਮਾਜ ਨੂੰ ਵਹਿਮ ਪਰਮ ਫਾਲਤੂ ਰੀਤੀ ਰਿਵਾਜ ਤੋਂ ਉੱਪਰ ਚੁੱਕਿਆ ਧਾਰਮਿਕ ਪਖੰਡਾਂ ਦਾ ਖੰਡਨ ਕੀਤਾ ਜਿਹੜੇ ਆਪਣੀ ਇੱਥੇ ਧਾਰਮਿਕ ਪਖੰਡ ਚੱਲ ਰਹੇ ਸੀ ਉਹਨਾਂ ਦਾ ਖੰਡਨ ਕੀਤਾ ਤਰਕ ਆਧਾਰਿਤ ਨਿਆਂ ਦੀ ਗੱਲ ਕਰਦੇ ਸਨ ਠੀਕ ਹੈ ਜੀ ਤਰਕ ਤੇ ਮਤਲਬ ਬਿਲਕੁਲ ਜਿਹੜੀ ਲੌਜੀਕਲੀ ਆ ਉਹ ਗੱਲ ਕਰਦੇ ਸੀਗੇ ਸੋਚ ਸਮਝ ਕੇ ਚੱਲਣ ਦੀ ਪ੍ਰੇਰਣਾ ਦਿੰਦੇ ਸੀ ਇਹਨਾਂ ਨੇ ਪੰਜਾਬੀ ਵਾਰਤਕ ਨੂੰ ਧਰਮ ਅਤੇ ਸਦਾਚਾਰਿਕ ਦੇ ਖੇਤਰ ਤੋਂ ਬਾਹਰ ਕੱਢ ਕੇ ਲਿਆਂਦਾ ਠੀਕ ਹੈ ਜੀ ਨਿਕਲਾ ਪੁਆਇੰਟ ਆਪਾਂ ਇਹਨਾਂ ਬਾਰੇ ਦੇਖਦੀਆਂ ਜੀ ਅਗਲਾ ਪੁਆਇੰਟ ਇਹਨਾਂ ਬਾਰੇ ਹੈਗਾ ਜੀ ਪਹਿਲੀ ਵਾਰ ਇਹਨਾਂ ਨੇ ਪੰਜਾਬੀ ਸਾਹਿਤ ਨੂੰ ਵਿਸ਼ਵਾਰਥੀ ਅਤੇ ਮਨੁੱਖਵਾਦੀ ਘੇਰਾਂ ਤੱਕ ਪਹੁੰਚਾਇਆ ਵਿਸ਼ਵਾਰਥੀ ਦਾ ਕੀ ਮਤਲਬ ਹੈ ਵਿਸ਼ਵਾਰਥੀ ਦਾ ਮਤਲਬ ਹੈ ਜਿਹੜੇ ਤੇ ਵਿਸ਼ਵਾਸ ਕੀਤਾ ਜਾ ਸਕੇ ਠੀਕ ਹੈ ਤੇ ਇਹਨਾਂ ਨੇ ਅਜਹੀ ਸਾਹਿਤ ਦੀ ਰਚਨਾ ਕੀਤੀ ਹੈ ਜਿਨ੍ਹਾਂ ਤੇ ਆਪਾਂ ਵਿਸ਼ਵਾਸ ਕਰ ਸਕਦੇ ਹਾਂ ਲੋਕ ਜੀਵਨ ਦੇ ਵਿੱਚੋਂ ਵਾਪਰੀਆਂ ਘਟਨਾਵਾਂ ਨੂੰ ਦਰਸਾਇਆ ਹੈ ਤੇ ਵਿਸ਼ਵਾਰਥੀ ਹੈ ਤੇ ਮਨੁੱਖਵਾਦੀ ਘੇਰਿਆਂ ਦੇ ਵਿੱਚ ਠੀਕ ਹੈ ਤਾਂ ਮਨੁੱਖ ਦੀ ਸਮਝ ਦੇ ਵਿੱਚ ਆਉਣ ਵਾਲਾ ਮਨੁੱਖ ਦੇ ਆਲੇ-ਦੁਆਲੇ ਵਾਲੀ ਰਚਨਾ ਹੀ ਇਹਨਾਂ ਨੇ ਕੀਤੀ ਹੈ ਠੀਕ ਹੈ ਜੀ ਨੈਕਸਟ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੁੰਦਾ ਹੈ ਕਿ ਜਿਹੜੇ ਆਪਣੇ ਕੋਲੇ ਗੁਰਬਖਸ਼ ਸਿੰਘ ਪ੍ਰੀਤਲੜੀ ਹੈ ਇਹਨਾਂ ਦੀ ਪ੍ਰਵਿਰਤੀ ਕੀ ਹੈ ਤਾਂ ਆਪਾਂ ਇਹਨਾਂ ਦੀ ਪ੍ਰਵਿਰਤੀ ਬਾਰੇ ਡਿਸਕਸ ਕਰਦੇ ਹਾਂ ਜਦੋਂ ਇਹਨਾਂ ਨੇ ਰਚਨਾ ਕਰਨੀ ਸ਼ੁਰੂ ਕੀਤੀ ਉਹਦੇ ਵਿਅਕਤੀਵਾਦੀ ਸੀਗੇ ਮਤਲਬ ਆਪ ਨੂੰ ਮੁੱਖ ਰੱਖ ਕੇ ਲਿਖਿਆ ਇਹਨਾਂ ਨੇ ਜਿਵੇਂ ਇਹਨਾਂ ਨੂੰ ਅਮਰੀਕਾ ਚੰਗਾ ਲੱਗਿਆ ਤਾਂ ਇਹਨਾਂ ਨੇ ਅਮਰੀਕਾ ਦੇ ਕਲਚਰ ਨੂੰ ਉਸ ਦੇ ਪ੍ਰਭਾਵ ਨੂੰ ਮੁੱਖ ਰੱਖ ਕੇ ਰੱਖਿਆ ਪਲੱਸ ਆਦਰਸ਼ਵਾਦੀ ਆਦਰਸ਼ਵਾਦੀ ਹੋ ਕੇ ਲਿਖਿਆ ਅੱਗੇ ਸ਼ੁਰੂ ਤੋਂ ਹੀ ਆਪਾਂ ਗੱਲ ਕਰ ਰਹੇ ਹਾਂ ਵੀ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਜਿਹੜਾ ਕੇਂਦਰੀ ਸੰਕਲਪ ਹੈ ਉਹ ਪ੍ਰੀਤ ਸੀਗਾ ਤਾਂ ਉਹ ਸ਼ੁਰੂ ਤੋਂ ਇਹਨਾਂ ਦੇ ਵਿੱਚ ਇਹ ਸੰਕਲਪ ਸੀਗਾ ਹੀ ਤਾਂ ਕਰਕੇ ਇਹ ਸਹਜਵਾਦੀ ਵੀ ਸੀਗੇ ਪਰ ਹੌਲੀ ਹੌਲੀ ਇਹਨਾਂ ਦੇ ਉੱਪਰ ਵੀ ਪ੍ਰਭਾਵ ਪੈਂਦਾ ਗਿਆ ਠੀਕ ਹੈ ਦੂਜੀਆਂ ਪ੍ਰਵਰਤਿਤਿਆਵਾਂ ਦਾ ਤਾਂ ਫਿਰ ਇਹਨਾਂ ਨੇ ਕਿਹੜੀ-ਕਿਹੜੀ ਪ੍ਰਵਰਤੀ ਜਿਹੜੀ ਹੈ ਹਾਸਲ ਕੀਤੀ ਇਹ ਪ੍ਰਗਤੀਵਾਦੀ ਹੋਗੇ ਮਾਰਕਸਵਾਦੀ ਹੋਗੇ ਪਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਕੀ ਬਣੇ ਰਹੇ ਹੈ ਸਹਿਜਵਾਦੀ ਬਣੇ ਰਹੀ ਹੈ ਤਾਂ ਆਪਾਂ ਇਹਨਾਂ ਨੂੰ ਕੀ ਕਹਾਂਗੇ ਇਹ ਗੱਲ ਇਹ ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਆਪਾਂ ਇਹਨਾਂ ਨੂੰ ਸਹਿਜਵਾਦ ਸੰਕਲਪਾਂ ਦੇ ਧਾਰਨੀ ਕਹਾਂਗੇ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਹਿਜਵਾਦੀ ਸੰਕਲਪਾਂ ਦੇ ਧਾਰਨੀ ਠੀਕ ਹੈ ਜੀ ਨੈਕਸਟ ਆਪਾਂ ਨਵਰੇ ਅਗਲਾ ਜਿਹੜਾ ਪੁਆਇੰਟ ਆ ਉਹ ਡਿਸਕਸ ਕਰਦੇ ਆ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਨੂੰ ਸਰਬੰਗੀ ਲੇਖਕ ਕਿਹਾ ਜਾਂਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਦੱਸਿਆ ਵੀ ਇਹਨਾਂ ਨੇ ਸਾਹਿਤ ਦੇ ਸਾਰੀਆਂ ਵਿਧਾ ਦੇ ਵਿੱਚ ਚਰਚਾ ਕੀਤੀ ਹੈ ਮਿਲ ਰਚਨਾ ਕੀਤੀ ਹੈ ਕਹਾਣੀ ਲਿਖੀਆਂ ਨਾਟਕ ਲਿਖਿਆ ਨਾਵਲ ਲਿਖਿਆ ਜੀਵਨੀ ਲਿਖੀ ਹੈ ਸਵੈ ਜੀਵਨੀ ਲਿਖੀ ਹੈ ਸਸਮਾਰਨ ਲਿਖਿਆ ਰੇਖਾ ਚਿੱਤਰ ਲਿਖਿਆ ਤਾਂ ਕਰਕੇ ਇਹਨਾਂ ਨੂੰ ਸਰਵਾਂਗੀ ਲੇਖਕ ਕਿਹਾ ਜਾਂਦਾ ਹੈ ਤੁਹਾਨੂੰ ਵਰਤਕਰਾਂ ਦੇ ਵਿੱਚ ਪੁੱਛਿਆ ਜਾਵੇ ਕਿ ਕਿਹੜੇ ਵਰਤਕਰਾਂ ਆ ਜਿਨ੍ਹਾਂ ਨੂੰ ਸਰਵਾਂਗੀ ਲੇਖਕ ਕਿਹਾ ਜਾਂਦਾ ਹੈ ਤੋਂ ਆਪਣੇ ਕੋਲ ਗੁਰਬਖਸ਼ ਸਿੰਘ ਪ੍ਰੀਤਲੜੀ ਠੀਕ ਹੈ ਜੀ ਅੱਗੇ ਆਪਾਂ ਇਹਨਾਂ ਦੀ ਸ਼ੈਲੀ ਬਾਰੇ ਗੱਲ ਕਰਦੇ ਹਾਂ ਤੇ ਇਹਨਾਂ ਦੀ ਸ਼ੈਲੀ ਕਿਵੇਂ ਦੀ ਹੈ ਤਾਂ ਇਹ ਪੰਜਾਬੀ ਸਾਹਿਤ ਦੇ ਸ਼੍ਰੇਸ਼ਟ ਸ਼ੈਲੀਕਾਰ ਖਵਾਏ ਨੇ ਠੀਕ ਹੈ ਜੀ ਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੰਜਾਬੀ ਸਾਹਿਤ ਦੇ ਸ਼੍ਰੇਸ਼ਟ ਸ਼ੈਲੀਕਾਰ ਠੀਕ ਹੈ ਸ਼੍ਰੇਸ਼ਟ ਮਤਲਬ ਸਭ ਤੋਂ ਜਿਹੜੀ ਤਾਜੀ ਫਰੈਸ਼ ਮੌਲਿਕ ਜਿਹੜੀ ਸ਼ੈਲੀ ਹੈ ਅੱਛੀ ਸ਼ੈਲੀ ਉਹਨੋਂ ਪਰਿਸ਼੍ਰਸ ਉਹਨੂੰ ਆਪਾਂ ਕਵਾਂਗੇ ਵੀ ਉਹਨਾਂ ਦੀ ਸ਼ੈਲੀ ਜਿਹੜੀ ਹੈਗੀ ਹੈ ਸ਼੍ਰੇਸ਼ਟ ਸ਼ੈਲੀ ਕਾਰਨ ਇਹੋ ਸ਼੍ਰੇਸ਼ਟ ਸ਼ੈਲੀ ਉਹਨਾਂ ਦੀ ਹਨਾ ਇਹਨਾਂ ਦੀ ਸ਼ੈਲੀ ਨਵੀਨ ਅਤੇ ਤਾਜੀ ਹੈ ਪਰੰਤੂ ਫਿਰ ਵੀ ਕਿਤੇ ਨਾ ਕਿਤੇ ਨਾ ਤੇ ਦੋਸ਼ ਲੱਗਦਾ ਹੈ ਕਿ ਇਹਨਾਂ ਦੀ ਜਿਹੜੀ ਸ਼ੈਲੀ ਉਹਦੇ ਵਿੱਚ ਉਰਦੂ ਤੇ ਫਾਰਸੀ ਦੇ ਜਿਹੜੇ ਸ਼ਬਦ ਨੇ ਉਹਨਾਂ ਦੀ ਵਰਤੋਂ ਜ਼ਿਆਦਾ ਹੈ ਠੀਕ ਹੈ ਜੀ ਨੈਕਸਟ ਆਪਣੇ ਕੋਲੇ ਹੈਗਾ ਇਹਨਾਂ ਨੇ ਪੰਜਾਬੀ ਵਾਰਤਕ ਨੂੰ ਧਰਤੀ ਦੀਆਂ ਸ਼ੋਹਾਂ ਲਾਇਆਂ ਠੀਕ ਹੈ ਜੀ ਧਰਤੀ ਦੀਆਂ ਸ਼ੋਹਾਂ ਲਾਉਂਦਾ ਮਤਲਬ ਕਿ ਲੋਕਾਂ ਦੀ ਧਰਤੀ ਦੀ ਲੋਕਾਂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਘਟਨਾਵਾਂ ਉਹਨਾਂ ਨੂੰ ਪੇਸ਼ ਕੀਤਾ ਆਮ ਲੋਕਾਂ ਦੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਦਰਸਾਇਆ ਪਲੱਸ ਉਹਨਾਂ ਦਾ ਹੱਲ ਕਿਵੇਂ ਦੱਸਿਆ ਇਹ ਕਹਿੰਦੇ ਇਹਨਾਂ ਦਾ ਹੱਲ ਆਪਾਂ ਨੂੰ ਪਿਆਰ ਨਾਲ ਕਰਨਾ ਚਾਹੀਦਾ ਹੈ ਪਿਆਰ ਇਹਨਾਂ ਦਾ ਕੇਂਦਰੀ ਸੰਕਲਪ ਹੈ ਵਾਰਤਕ ਨੂੰ ਧਰਤੀ ਦੀਆਂ ਸ਼ੋਹਾਂ ਕਿਸ ਨੇ ਲਾਈਆਂ ਗੁਰਵਰਖ ਸਿੰਘ ਪ੍ਰੀਤ ਲੜੀ ਨੇ ਤੇ ਉਹਨਾਂ ਨੇ ਸਮੱਸਿਆਵਾਂ ਦਾ ਹੱਲ ਕਿ ਚਲਬਿਆ ਪਿਆਰ ਦੇ ਵਿੱਚ ਲੱਭਿਆ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਵੀ ਆਪਾਂ ਨੂੰ ਕੋਈ ਲਾਈਫ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਉਹਦਾ ਜਿਹੜਾ ਹੱਲ ਉਹ ਪਿਆਰ ਦੇ ਨਾਲ ਕਰਨਾ ਚਾਹੀਦਾ ਹੈ ਠੀਕ ਹੈ ਜੀ ਨੈਕਸਟ ਅੱਗੇ ਜਿਹੜੇ ਆਪਾਂ ਇਹਨਾਂ ਬਾਰੇ ਪੁਆਇੰਟਾਂ ਡਿਸਕਸ ਕਰਦੇ ਆਂ ਸਾਹਿਤ ਮੰਡਲ ਜਦੋਂ ਇਹਨਾਂ ਨੇ ਪ੍ਰੀਤ ਦਾ ਨਗਰ ਦੀ ਸਥਾਪਨਾ ਕੀਤੀ ਤਾਂ ਉੱਥੇ ਸਾਹਿਤ ਮੰਡਲੀਆਂ ਲੱਗਦੀਆਂ ਸੀ ਉੱਥੇ ਆ ਕੇ ਸਾਹਿਤ ਕਰ ਰਹੇ ਸੀ ਤਾਂ ਇਹਨਾਂ ਨੇ 40 ਤੋਂ ਲੈ ਕੇ 50 ਸਾਲ ਤੱਕ ਪੰਜਾਬੀ ਸਾਹਿਤ ਮੰਡਲ ਦੀ ਗਵਾਹੀ ਕੀਤੀ ਹੈ ਪਲੱਸ 40 ਤੋਂ ਲੈ ਕੇ 50 ਸਾਲਾਂ ਤੱਕ ਹੀ ਇਹਨਾਂ ਨੇ ਪੰਜਾਬੀ ਸਾਹਿਤ ਦੀ ਰਚਨਾ ਵੀ ਕੀਤੀ ਹੈ ਠੀਕ ਹੈ ਜੀ ਜਿਹੜੇ ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਹੈ ਇਹ ਇੰਨੇ ਇੱਕ ਇੰਪੋਰਟੈਂਟ ਵਰਤਕਕਾਰ ਹੈ ਕਿ ਇਹਨਾਂ ਦੇ ਨਾਂ ਤੇ ਕਾਲ ਸ਼ੁਰੂ ਹੋ ਗਿਆ ਤਾਂ 1931 ਤੋਂ ਜਿਹੜਾ ਬਾਅਦ ਦਾ ਸਮਾਂ ਉਹਨੂੰ ਗੁਰਬਖਸ਼ ਸਿੰਘ ਕਾਲ ਦਾ ਗੁਰਬਖਸ਼ ਸਿੰਘ ਦਾ ਕਾਲ ਕਰਕੇ ਵੀ ਜਾਣਿਆ ਜਾਂਦਾ ਹੈ ਤੇ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿੰਨੇ ਇੰਪੋਰਟੈਂਟ ਲੇਖਕ ਨੇ ਕਿੰਨੇ ਇੰਪੋਰਟੈਂਟ ਵਾਰਤਕਕਾਰ ਨੇ ਕਿ 1931 ਤੋਂ ਬਾਅਦ ਦਾ ਜਿਹੜਾ ਸਮਾਂ ਸੀਗਾ ਉਹਨੂੰ ਆਪਾਂ ਗੁਰਬਖਸ਼ ਸਿੰਘ ਕਾਲ ਕਰਕੇ ਜਾਨਣ ਲੱਗੇ ਠੀਕ ਹੈ ਜੀ ਤੇ ਤੁਸੀਂ ਯਾਦ ਰੱਖਣਾ ਕਿ ਇਹਨਾਂ ਨੂੰ ਗੁਰਬਖਸ਼ ਸਿੰਘ ਕਾਲ ਕਰਕੇ ਜਾਨਿਆ ਜਾਂਦਾ ਹੈ 1931 ਤੋਂ ਬਾਅਦ ਦੇ ਸਮੇਂ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੀਆਂ ਸਭ ਤੋਂ ਜਿਹੜੀਆਂ ਪ੍ਰਮੁੱਖ ਰਚਨਾਵਾਂ ਨੇ ਕਜੀ ਪ੍ਰਮੁੱਖ ਰਚਨਾਵਾਂ ਬਾਰੇ ਡਿਸਕਸ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਜਿਹੜੀ ਇਹਨਾਂ ਦੀ ਪ੍ਰਮੁੱਖ ਰਚਨਾ ਹੈ ਪਹਿਲੀ ਰਚਨਾ ਆਪਣੇ ਕੋਲ ਆਉਂਦੀ ਹੈ ਜੀ ਪ੍ਰੀਤ ਮਾਰਗ ਠੀਕ ਹੈ ਜੀ ਇਹ ਆਪਣੇ ਕੋਲ 1936 ਦੇ ਵਿੱਚ ਛਪਦੀ ਹੈ ਤੁਸੀਂ ਇਹਦਾ ਸਾਲ ਯਾਦ ਰੱਖਣਾ ਹੈ 1936 ਠੀਕ ਹੈ ਜੀ ਤਾਂ ਇਸ ਰਚਨਾ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਇਹ ਇਹਨਾਂ ਦੀ ਵਾਰਤਕ ਦੇ ਖੇਤਰ ਦੇ ਵਿੱਚ ਪਹਿਲੀ ਰਚਨਾ ਹੈ ਇਹ ਚੀਜ਼ ਇਹ ਚ ਇੰਪੋਰਟੈਂਟ ਹੈ ਕਿ ਵਰਤਕ ਦੇ ਖੇਤਰ ਦੇ ਵਿੱਚ ਕਿਹੜੀ ਰਚਨਾ ਹੈ ਪਹਿਲੀ ਰਚਨਾ ਹੈ ਕਿੰਨੀ ਵੀ ਰਚਨਾ ਪਹਿਲੀ ਰਚਨਾ ਹੈ ਠੀਕ ਹੈ ਇਹਦੇ ਵਿੱਚ ਕੀ ਦੱਸਿਆ ਗਿਆ ਇਹਦੇ ਵਿੱਚ ਆਪਣੇ ਵਰਤਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਨੇ ਦੱਸਿਆ ਕਿ ਪ੍ਰੀਤ ਦੇ ਰਸਤੇ ਤੇ ਚੱਲ ਕੇ ਅਸੀਂ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਇਹ ਪੁਸਤਕ ਦੇ ਭਾਗ ਕਿੰਨੇ ਹੈ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇਸ ਬੁੱਕ ਦੇ ਜਿਹੜੇ ਕਿੰਨੇ ਭਾਗ ਹੈ ਉਹ ਹੈਗੇ ਹੈ ਤਾਂ ਇਸ ਦੇ ਭਾਗ ਆਪਣੇ ਕੋਲ ਹੈਗੇ ਆ ਜੀ 4 ਠੀਕ ਹੈ ਜੀ ਇਹ ਚਾਰੇ ਭਾਗਾਂ ਦੇ ਤੁਸੀਂ ਨਾਮ ਯਾਦ ਰੱਖਣੇ ਹਨ ਕਿਹੜੇ-ਕਿਹੜੇ ਨਾਮ ਨੇ ਇਹਨਾਂ ਦੇ ਜੀਵਨ ਸੰਸਾਰ ਜੀਵਨ ਦੇ ਸਾਧਨ ਜੀਵਨ ਦੇ ਸਬੰਧ ਜੀਵਨ ਦੀ ਪੂਰਨਤਾ ਠੀਕ ਹੈ ਜੀ ਆ ਤਾਂ ਜਿਵੇਂ ਦੋ ਸੰਸਾਰ ਤੇ ਸਾਧਨ ਆਪਸ ਦੇ ਵਿੱਚ ਯਾਦ ਰਹਿ ਜਾਣਗੇ ਸਬੰਧ ਤੇ ਪੂਰਨਤਾ ਠੀਕ ਹੈ ਜਿਨ੍ਹਾਂ ਨੂੰ ਕੋਰਿਲੇਟ ਕਰਕੇ ਤੁਸੀਂ ਯਾਦ ਕਰ ਲਿਓ ਤੇ ਤੁਸੀਂ ਯਾਦ ਕਰਨੇ ਆ ਕਿ ਪ੍ਰੀਤ ਮਾਰਗ ਪੁਸਤਕ ਚਾਰ ਭਾਗਾਂ ਦੇ ਵਿੱਚ ਛਪੀ ਤੇ ਇਹਦੇ ਆਗਲੇ ਚਾਰ ਭਾਗ ਨਹੀਂ ਠੀਕ ਹੈ ਜੀ ਅੱਗੇ ਆਪਾਂ ਇਹਨਾਂ ਬਾਰੇ ਡਿਸਕਸ ਕਰਦੇ ਹਾਂ ਇਹਨਾਂ ਦੀ ਅਗਲੀ ਜਿਹੜੀ ਪੁਸਤਕ ਹੈਗੀ ਹੈ ਅਗਲੀ ਇਹਨਾਂ ਦੀ ਪੁਸਤਕ ਆਉਂਦੀ ਹੈ ਜੀ ਆਪਣੇ ਕੋਲੇ ਸਾਂਵੀ ਪੱਧਰੀ ਜ਼ਿੰਦਗੀ ਇਹ 1943 ਦੇ ਵਿੱਚ ਸ਼ਬਦੀ ਹੈ ਤੇ ਇਸ ਪੁਸਤਕ ਦੀ ਜਿਹੜੀ ਮੇਨ ਗੱਲ ਹੈ ਉਹ ਆਪਣੇ ਕੋਲੇ ਕੀ ਹੈਗੀ ਹੈ ਕਿ ਇਹ ਪੁਸਤਕ ਉਹਨਾਂ ਦੀ ਆਪਣੀ ਬੇਟੀ ਉਮਾ ਨੂੰ ਸਮਰਪਿਤ ਹੈ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਜਿਹੜੀ ਸਾਵੀ ਪੰਦਰੀ ਜ਼ਿੰਦਗੀ ਪੁਸਤਕ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇਹ ਕਿਹਨਾਂ ਨੂੰ ਸਮਰਪਿਤ ਹੈ ਤੇ ਉਹਨਾਂ ਦੀ ਆਪਣੀ ਬੇਟੀ ਜਿਹੜੀ ਹੈ ਉਮਾ ਉਹਨਾਂ ਨੂੰ ਸਮਰਪਿਤ ਹੈ ਠੀਕ ਹੈ ਜੀ ਤੁਸੀਂ ਯਾਦ ਰੱਖਣਾ ਹੈ ਅੱਗੇ ਆਪਾਂ ਉਹਨਾਂ ਦੀਆਂ ਅਗਲੀਆਂ ਜਿਹੜੀਆਂ ਰਚਨਾਵਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਅੱਗੇ ਇਹਨਾਂ ਦੀਆਂ ਰਚਨਾਵਾਂ ਹੈਗੀਆਂ ਜੀ ਸੁਖਾਵੀ ਬਦ ਬਦਰੀ ਜ਼ਿੰਦਗੀ ਇੱਕ ਸੁਆਵੀ ਬਦਰੀ ਜ਼ਿੰਦਗੀ ਹੈ ਜਿਹੜੀ ਕਿ ਉਹ ਮੰਨੂ ਸਮਰਪਿਤ ਹੈ ਇੱਕ ਸੁਖਾਵੀ ਬਦਰੀ ਜ਼ਿੰਦਗੀ ਹੈ ਅਗਲੀ ਇਹਨਾਂ ਦੀ ਜਿਹੜੀ ਪੁਸਤਕ ਆਪਣੇ ਕੋਲੇ ਹੈਗੀ ਹੈ ਜੀ ਜ਼ਿੰਦਗੀ ਦੀ ਰਾਸ ਜਿਹੜੀ ਜ਼ਿੰਦਗੀ ਦੀ ਰਾਸ ਪੁਸਤਕ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਲੱਗੀ ਹੋਈ ਹੈ ਦੇ ਵਿੱਚ 10 ਲੇਖ ਸ਼ਾਮਿਲ ਨੇ ਠੀਕ ਹੈ ਜੀ ਇਹ ਜਿਹੜੇ 10 ਲੇਖ ਹੈ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਲੇਖਾਂ ਦੇ ਨਾਮ ਦੱਸ ਦਿੰਦੀ ਹਾਂ ਅਗਰ ਤੁਸੀਂ ਨੋਟ ਕਰਨੇ ਹੁਣ ਜਿਵੇਂ ਗਿਆਨ ਹੀ ਧਰਮ ਆਨੰਦ ਹੈ ਜਿੱਥੇ ਵਸੇ ਆਜ਼ਾਦੀ ਉਹੋ ਮੇਰਾ ਦੇਸ਼ ਤਿਆਰ ਬਰ ਤਿਆਰ ਰਹਿਣਾ ਮੇਰੀ ਮਾਂ ਬੋਲੀ ਜ਼ਿੰਦਗੀ ਦੀ ਅਤ ਸੋਹਣੀ ਰਾਸ ਜ਼ਿੰਦਗੀ ਦੇ ਸਾ ਜ਼ਿੰਦਗੀ ਤੇ ਸਾਹਿਤ ਮਹਾਤਮਾ ਬੁੱਧ ਖੁਸ਼ੀ ਦੀਆਂ ਬਨਿਆਦਾਂ ਮਾਂ ਕਲਾ ਤੇ ਉਸਦਾ ਮਹੱਤਵ ਠੀਕ ਹੈ ਜੀ ਤਾਂ ਜ਼ਿੰਦਗੀ ਦੇ ਰਾਸ ਦੇ ਵਿੱਚੋਂ ਇੱਕ ਤਾਂ ਇਹ ਕੁਐਸਚਨ ਇਹਦਾ ਇੰਪੋਰਟੈਂਟ ਬੰਦਾ ਹੈਗਾ ਜਿੱਥੇ ਆਜ਼ਾਦੀ ਉਹ ਮੇਰਾ ਦੇਸ਼ ਇਹ ਨਿਬੰਧ ਦੇ ਵਿੱਚ ਹੈਗਾ ਠੀਕ ਹੈ ਨਹੀਂ ਤਾਂ ਤੁਸੀਂ ਇੰਨਾ ਹੀ ਯਾਦ ਰੱਖ ਲਓ ਇੰਨਾ ਹੀ ਸਫੀਸ਼ੀਐਂਟ ਹੈ ਕਿ ਇਹ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਲੱਗੀ ਹੈ ਤੇ 10 ਲੈ ਕੇ ਚ ਸ਼ਾਮਲ ਲਈ ਠੀਕ ਹੈ ਜੀ ਅੱਗੇ ਆਪਾਂ ਦੇਖਦੇ ਹਾਂ ਜੀ ਇਹਨਾਂ ਦੀ ਅਗਲੀ ਜਿਹੜੀ ਹੈਗੀ ਹੈ ਮਹੱਤਵਪੂਰਨ ਪੁਸਤਕ ਉਹ ਆਪਣੇ ਕੋਲ ਆ ਜਾਂਦੀ ਹੈ ਜੀ ਜ਼ਿੰਦਗੀ ਦੇ ਗੀਤ ਠੀਕ ਹੈ ਜੀ ਸੌਰੀ ਜ਼ਿੰਦਗੀ ਦੀ ਕਵਿਤਾ ਡਿਸਕਸ ਕਰਦੇ ਹਾਂ ਪਹਿਲਾਂ ਪਹਿਲਾਂ ਦੀ ਜਿਹੜੀ ਹੈਗੀ ਜੀ ਜ਼ਿੰਦਗੀ ਦੀ ਕਵਿਤਾ ਠੀਕ ਹੈ ਜੀ ਜ਼ਿੰਦਗੀ ਦੀ ਕਵਿਤਾ 1961 ਦੇ ਵਿੱਚ ਆਉਂਦੀ ਹੈ ਜੇ ਤੁਸੀਂ ਜਿਹੜਾ ਸਾਲ ਹੈ ਇਹਦਾ ਈਸਵੀ ਇਹ ਜਿਹੜੀ ਤੁਸੀਂ ਯਾਦ ਰੱਖਣੀ ਹੈ ਤਾਂ ਇਹਨਾਂ ਨੇ ਕਿਹਨੂੰ ਸਮਰਪਿਤ ਕੀਤੀ ਹੈ ਜਿਹੜੀ ਸੀਗੀ ਆਪਣੇ ਕੋਲੇ ਸਾਵੀ ਪਧਰੀ ਜ਼ਿੰਦਗੀ ਉਹਨਾਂ ਨੇ ਆਪਦੀ ਬੇਟੀ ਉਮਮਾ ਨੂੰ ਸਮਰਪਿਤ ਕੀਤੀ ਹੈ ਜਿਹੜੀ ਹੈਗੀ ਹੈ ਜ਼ਿੰਦਗੀ ਦੀ ਕਵਿਤਾ ਇਹ ਜਿਹੜੀ ਪੁਸਤਕ ਇਹਨਾਂ ਨੇ ਆਪਣੀ ਦਾਦੀ ਨੂੰ ਸਮਰਪਿਤ ਕੀਤੀ ਹੈ ਤੁਸੀਂ ਯਾਦ ਰੱਖਣੀ ਹੈ ਕਿ ਕਿਹੜੀ ਪੁਸਤਕ ਹੈ ਜਿਹੜਾ ਜਿਹੜੀ ਗੁਰਬਖਸ਼ ਸਿੰਘ ਪੇਥ ਲੜੀ ਨੇ ਆਪਣੀ ਦਾਦੀ ਨੂੰ ਸਮਰਪਿਤ ਕੀਤੀ ਹੈ ਤਾਂ ਤੁਹਾਡੇ ਕੋਲ ਹੈਗੀ ਹੈ ਜੀ ਜ਼ਿੰਦਗੀ ਦੀ ਕਵਿਤਾ ਠੀਕ ਹੈ ਅੱਗੇ ਜਿਹੜੀਆਂ ਬੁੱਕਸ ਹੈਗੀਆਂ ਤੁਸੀਂ ਇਹਨਾਂ ਦੇ ਸਿਰਫ ਬਸ ਨਾਮ ਹੀ ਯਾਦ ਕਰ ਲੈਣੇ ਆ ਨਾਮ ਦੇ ਕੀ ਪੁੱਛਿਆ ਜਾ ਸਕਦਾ ਹੈ ਕਿ ਇਹ ਕਿੰਨਾ ਦੀ ਪੁਸਤਕ ਹੈ ਤਾਂ ਤੁਸੀਂ ਯਾਦ ਰੱਖਣੀ ਹੈ ਜ਼ਿੰਦਗੀ ਦੇ ਗੀਤ ਸਵੇਪੂਰਨਤਾ ਦੀ ਲਗਨ ਫਗਦੀ ਜੀਵਨ ਚੰਗਿਆੜੀ ਠੀਕ ਹੈ ਜੀ ਅਗੇ ਆ ਫਿਰ ਇਹਨਾਂ ਦੀ ਮੋਸਟ ਇੰਪੋਰਟੈਂਟ ਬੁੱਕ ਹੈ ਨਵਾਂ ਸ਼ਿਵਾਲਾ ਜਿਹੜੀ ਨਵਾਂ ਸ਼ਿਵਾਲਾ ਹੈ 1947 ਦੇ ਵਿੱਚ ਲਿਖੀ ਗਈ ਹੈ ਠੀਕ ਹੈ ਤਾਂ ਨਵਾਂ ਸ਼ਿਵਾਲਾ ਦਾ ਜਿਹੜਾ ਵਿਸ਼ਾ ਹੈ ਉਹ ਆਪਣੇ ਕੋਲੇ ਕੀ ਹੈਗਾ ਇਹਦਾ ਵਿਸ਼ਾ ਹੈਗਾ ਵੀ ਇੱਕ ਅਜੀਹਾ ਨਿਬੰਧ ਸੰਗ੍ਰਹਿ ਹੈ ਜਿਸ ਦੇ ਵਿੱਚ ਮੰਦਰ ਬਣਾਉਣ ਦਾ ਜ਼ਿਕਰ ਕੀਤਾ ਗਿਆ ਤਾਂ ਮੰਦਰ ਬਣਾਉਣ ਦਾ ਜ਼ਿਕਰ ਕਿਹੜੇ ਨਿਬੰਧ ਦੇ ਵਿੱਚ ਕੀਤਾ ਗਿਆ ਨਵਾਂ ਸ਼ਿਵਾਲਾ ਦੇ ਵਿੱਚ ਠੀਕ ਹੈ ਜੀ ਅਗੇ ਇਹਨਾਂ ਨੇ ਇੱਕ ਪੁਸਤਕ ਔਰਤਾਂ ਨੂੰ ਸਮਰਪਿਤ ਕੀਤੀ ਹੈ ਤਾਂ ਜਿਹੜੀ ਇਹਨਾਂ ਦੀ ਪੁਸਤਕ ਔਰਤਾਂ ਨੂੰ ਸਮਰਪਿਤ ਹੈ ਉਹਦਾ ਨਾਮ ਕੀ ਹੈ ਜੀ ਖੁੱਲਾ ਦਰ ਇਹ ਦੋ ਬਹੁਤ ਹੀ ਪ੍ਰਸਿੱਧ ਪੁਸਤਕਾਂ ਜਿਹੜੀਆਂ ਇਹਨਾਂ ਦੇ 1947 ਦੇ ਵਿੱਚ ਆਉਂਦੀਆਂ ਇੱਕ ਤਾਂ ਨਵਾਂ ਸ਼ਿਵਾਲਾ ਇੱਕ ਹੈਗੀ ਆਪਣੇ ਕੋਲੇ ਖੁੱਲਾ ਦਰ ਜਿਹੜੀ ਖੁੱਲਾ ਦਰ ਪੁਸਤਕ ਹੈ ਇਹ ਆਪਣੇ ਕੋਲੇ ਔਰਤਾਂ ਨੂੰ ਸਮਰਪਿਤ ਪੁਸਤਕ ਹੈ ਇਸ ਦੇ ਵਿੱਚ ਕਿੰਨੇ ਲੇਖ ਸ਼ਾਮਿਲ ਨੇ ਇਹਦੇ ਵਿੱਚ ਆਪਣੇ ਕੋਲ 21 ਲੇਖ ਜਿਹੜੇ ਹੈਗੇ ਉਹ ਸ਼ਾਮਿਲ ਨੇ ਠੀਕ ਹੈ ਜੀ 21 ਇਹਨਾਂ ਦੇ ਕਾਫੀ ਮਤਲਬ ਹੈਗੇ ਨਿਵੰਦ ਸੰਗ੍ਰਹਿ ਜਿਨ੍ਹਾਂ ਦੇ ਵਿੱਚ 21 21 ਨਿਬੰਧ ਸ਼ਾਮਲ ਨੇ ਜ਼ਿੰਦਗੀ ਦੀ ਕਵਿਤਾ ਜਿਹੜੀ ਇਹਨਾਂ ਦੀ ਦਾਦੀ ਨੂੰ ਸਮਰਪਿਤ ਸੀ ਉਹਦੇ ਵਿੱਚ ਵੀ 21 ਲੇਖ ਹੈ ਜਿਹੜਾ ਖੁੱਲਾ ਦਰ ਹੈ ਔਰਤਾਂ ਨੂੰ ਸਮਰਪਿਤ ਪੁਸਤਕ ਹੈ ਉਹਦੇ ਵਿੱਚ ਵੀ ਇਹਨਾਂ ਦੇ 21 ਲੇਖ ਹੈ ਠੀਕ ਹੈ ਜੀ ਅੱਗੇ ਆਪਾਂ ਨਾਲ ਦੀਆਂ ਹੋਰ ਜਿਹੜੀਆਂ ਪ੍ਰਸਿੱਧ ਰਚਨਾਵਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਚੰਗੇਰੀ ਦੁਨੀਆ ਠੀਕ ਹੈ ਜੀ ਚੰਗੇਰੀ ਦੁਨੀਆ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿੱਥੇ ਮਨੁੱਖ ਦੀਆਂ ਤਿੰਨ ਲੋੜਾਂ ਪੂਰੀਆਂ ਹੁੰਦੀਆਂ ਰੋਟੀ ਕੱਪੜਾ ਅਤੇ ਮਕਾਨ ਉਹੀ ਆਪਣੇ ਕੋਲੇ ਦੁਨੀਆ ਜਿਹੜੀ ਹੈ ਚੰਗੇਰੀ ਹੈ ਇੱਕ ਇਹਨਾਂ ਨੇ ਦੱਸਿਆ ਹੈਗਾ ਨਵੀਂ ਤਕੜੀ ਦੁਨੀਆ ਇੱਕ ਇਹਨਾਂ ਦੀ ਅਗਲੀ ਪੁਸਤਕ ਹੈ ਦੁਨੀਆ ਇੱਕ ਮਹਲ ਇਹਨਾਂ ਨੂੰ ਤੁਸੀਂ ਦੁਨੀਆ ਦੇ ਨਾਲ ਯਾਦ ਕਰਕੇ ਕੋਰਿਲੇਟ ਕਰਕੇ ਯਾਦ ਕਰ ਲੈਣਾ ਇਹਨਾਂ ਤਿੰਨੋਂ ਕਿਤਾਬਾਂ ਨੂੰ ਚੰਗੇਰੀ ਦੁਨੀਆ ਨਵੀਂ ਤਕੜੀ ਦੁਨੀਆ ਦੁਨੀਆ ਇੱਕ ਮਹਲ ਠੀਕ ਹੈ ਜੀ ਤਾਂ ਅੱਗੇ ਆਪਾਂ ਦੇਖਦੇ ਹਾਂ ਜੀ ਇਹਨਾਂ ਦੀਆਂ ਹੋਰ ਵੀ ਪ੍ਰਸਿੱਧ ਰਚਨਾਵਾਂ ਹੈਗੀਆਂ ਉਹ ਇਹਨਾਂ ਦੀ ਅਗਲੀ ਰਚਨਾ ਹੈਗੀ ਜੀ ਖੁਸ਼ਹਾਲ ਜੀਵਨ ਫਿਰ ਨੈਕਸਟ ਇਹਨਾਂ ਦਾ ਸਸਮਾਰਣ ਹੈ ਜੀ ਮੇਰੀਆਂ ਅਭੁੱਲ ਯਾਦਾਂ ਇਹ ਤੁਹਾਡੇ ਕੋਲੇ ਬਹੁਤ ਇੰਪੋਰਟੈਂਟ ਹੈ ਇਸੇ ਸਸਮਰਨ ਤੋਂ ਹੀ ਇਹ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਸਸਮਰਨ ਲਿਖਣ ਦੀ ਪਰਤ ਹੈ ਜਿਹੜੀ ਉਹ ਪਾਉਂਦੀ ਹੈ ਠੀਕ ਹੈ ਜੀ ਤਾਂ ਮੇਰੀਆਂ ਜਿਹੜੀਆਂ ਅਭੁੱਲ ਯਾਦਾਂ 1945 ਦੇ ਵਿੱਚ ਆਉਂਦੀ ਹੈ ਇਹਨਾਂ ਦਾ ਸਸਮਰਨ ਹੈ ਤੇ ਇਥੋਂ ਇਹਨਾਂ ਨੇ ਸਸਮਰਨ ਲਿਖਣ ਦੀ ਪਰਤ ਜਿਹੜੀ ਹੈ ਉਹ ਪਾਈ ਹੈਗੀ ਠੀਕ ਹੈ ਜੀ ਤਾਂ ਇਹਦੇ ਵਿੱਚ ਇੱਕ ਇਹਨਾਂ ਦੀ ਹੋਰ ਰਚਨਾ ਮਿਲਦੀ ਹੈ ਜੀਤਾਂ ਦੇ ਨਾਂ ਚਿੱਠੀਆਂ ਇੱਕ ਅਲੱਗ ਰਚਨਾਗੀ ਠੀਕ ਹੈ ਇਹ ਕੀ ਹੈ ਇਨਾਂ ਦੀ ਜਿਵੇਂ ਕਿ ਪਤਨੀ ਦਾ ਨਾਮ ਆਪਾਂ ਦੇਖਿਆ ਸੀ ਜਿਹਜੀਤ ਕੌਰ ਹੈ ਤਾਂ ਉਹਨੂੰ ਇਹ ਸ਼ਾਰਟ ਦੇ ਵਿੱਚ ਜੀਤਾ ਕਹਿੰਦੇ ਹੁੰਦੇ ਸੀ ਤਾਂ ਜਦੋਂ ਇਹ ਆਪਣੀ ਮਤਲਬ ਬੀਐਸਸੀ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੈ ਇਹਨਾਂ ਨੇ ਮਿਸ਼ੀਗਨ ਯੂਨੀਵਰਸਿਟੀ ਤੋਂ ਤਾਂ ਜਦੋਂ ਇਹ ਮਿਸ਼ੀਗਨ ਯੂਨੀਵਰਸਿਟੀ ਤੋਂ ਡਿਗਰੀ ਕਰ ਰਹੇ ਸੀਗੇ ਅਮਰੀਕਾ ਤੋਂ ਤਾਂ ਉਦੋਂ ਇਹਨਾਂ ਨੇ ਆਪਣੀ ਜਿਹੜੀ ਪਤਨੀ ਹੈ ਜਗਜੀਤ ਕੌਰ ਉਹਨਾਂ ਨੂੰ ਇਹਨਾਂ ਨੇ ਚਿੱਠੀਆਂ ਲਿਖੀਆਂ ਸੀਗੀਆਂ ਤਾਂ ਉਹ ਸਾਰੀਆਂ ਚਿੱਠੀਆਂ ਇਹਨਾਂ ਦੇ ਜਿਹੜੇ بیٹے ਹੈ ਨਵਤੇਜ ਉਹਨਾਂ ਨੇ ਨਵਤੇਜ ਪ੍ਰੀਤ ਲੜੀ ਉਹਨਾਂ ਨੇ ਉਹਨਾਂ ਨੂੰ ਛਿਪਵਾਇਆ ਤੇ ਉਹਨਾਂ ਨੂੰ ਜਿਹੜਾ ਮੇਨ ਉਹਦਾ ਸੰਦਰਭ ਉਹ ਦਿੱਤਾ ਹੈਗਾ ਜੀਤਾਂ ਦੇ ਨਾਂ ਚਿੱਠੀਆਂ ਠੀਕ ਹੈ ਜੀ ਇਹ ਵੀ ਇੱਕ ਹਿਸਾਬ ਦਾ ਇਹਨਾਂ ਦਾ ਸਸਮਰਨ ਆਪਾਂ ਕਹਿ ਸਕਦੇ ਹਾਂ ਜੀ ਠੀਕ ਹੈ ਤੁਸੀਂ ਯਾਦ ਰੱਖਣਾ ਕਿ ਜੀਤਾਂ ਦੇ ਨਾਂ ਚਿੱਠੀਆਂ ਜਿਹੜੀ ਰਚਨਾ ਹੈਗੀ ਹੈ ਉਹ ਪ੍ਰੀਤ ਲੜੀ ਦੀ ਹੈ ਤੇ ਆਪ ਦੀ ਜਿਹੜੀ ਧਰਮ ਸਵਤਰੀਆਂ ਉਹਨੂੰ ਲਿਖੀਆਂ ਹੋਈਆਂ ਚਿੱਠੀਆਂ ਦਾ ਜ਼ਿਕਰ ਇਸ ਦੇ ਵਿੱਚ ਮਿਲਦਾ ਹੈ ਠੀਕ ਹੈ ਜੀ ਅਗਲੀ ਪੁਸਤਕ ਇਹਨਾਂ ਦੀ ਜੀ ਇਹ ਵਿਵਾਦ ਗ੍ਰਸਤ ਪੁਸਤਕ ਹੈ ਇਹ ਤੁਹਾਨੂੰ ਪੁੱਛਿਆ ਜਾਵੇ ਕਿ ਇਹਨਾਂ ਦੀ ਵਿਵਾਦ ਗ੍ਰਸਤ ਪੁਸਤਕ ਕਿਹੜੀ ਹੈ ਤਾਂ ਉਹ ਆਪਣੇ ਕੋਲ ਆ ਜਾਂਦੀ ਹੈ ਜੀ ਪਰਮ ਮਨੁੱਖ 1943 ਦੇ ਵਿੱਚ ਆਉਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਮਤਲਬ ਮੇਨ ਵਿਵਾਦ ਕਿਸ ਗੱਲ ਦਾ ਹੋਇਆ ਇਹ ਵਿਵਾਦ ਇਸ ਗੱਲ ਦਾ ਹੈ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਆਪਣੇ 10ਵੇਂ ਪਾਸ਼ਾ ਸਿੱਖਾਂ ਦੇ ਉਹਨਾਂ ਦੇ ਲਈ ਇਹਨਾਂ ਨੇ ਮਨੁੱਖ ਸ਼ਬਦ ਵਰਤੇ ਠੀਕ ਹੈ ਜੀ ਤਾਂ ਕਰਕੇ ਜਿਹੜੀ ਹੈ ਵਿਵਾਦ ਦੇ ਵਿੱਚ ਘਰੀ ਹੋਈ ਪੁਸਤਕ ਇਹਨਾਂ ਦੀ ਪਰਮ ਮਨੁੱਖ ਤਾਂ ਇਸ ਰਚਨਾ ਕਰਕੇ ਇੱਕ ਪੁਆਇੰਟ ਇਹਦੇ ਨਾਲ ਹੋਰ ਵੀ ਐਡ ਹੁੰਦਾ ਹੈ ਕਿ ਇਸੇ ਰਚਨਾ ਕਰਕੇ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਸੀ ਤੁਸੀਂ ਯਾਦ ਰੱਖਣਾ ਹੈ 1943 ਦੇ ਵਿੱਚ ਪਰਮਨੁਖ ਰਚਨਾ ਜਿਹੜੀ ਕਿ ਇਹਨਾਂ ਦੀ ਵਿਵਾਦਗਰਸਤ ਹੈ ਤੇ ਗੁਰੂ ਗੋਬਿੰਦ ਸਿੰਘ ਜੀ 10ਵੀਂ ਪਾਸ਼ੇ ਦੇ ਬਾਰੇ ਹੈ ਕੀ ਇਹ ਅੱਗੇ ਦੇਖਦੇ ਹਾਂ ਜੀ ਆਪਾਂ ਨਾਲ ਦੀਆਂ ਸਵੈ ਜੀਵਨੀ ਮੂਲਕ ਰਚਨਾਵਾਂ ਤਾਂ ਜਿਹੜੀ ਇਹਨਾਂ ਦੀ ਸਵੈ ਜੀਵ ਸਵੈ ਜੀਵਨੀ ਹੈ ਉਹ ਆਪਣੇ ਕੋਲੇ ਤਿੰਨ ਭਾਗਾਂ ਦੇ ਵਿੱਚ ਛੱਪ ਕੇ ਸਾਹਮਣੇ ਆਉਂਦੀ ਹੈ ਇੱਕ ਤਾਂ ਹੈਗੀ ਹੈ ਮੇਰੀ ਜੀਵਨ ਕਹਾਣੀ ਜਿਹੜੀ ਕਿ 1959 ਦੇ ਵਿੱਚ ਆ ਰਹੀ ਹੈ ਦੂਜੀ ਹੈਗੀ ਜੀ ਆਪਣੇ ਕੋਲੇ ਮੰਝਲ ਦਿਸ ਪਈ ਜਿਹੜੀ ਕਿ 1964 ਦੇ ਵਿਚਾਰੀ ਹੈ ਤੇ ਤੀਸਰੀ ਜਿਹੜੀ ਇਹਨਾਂ ਦੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਮੇਰੀ ਜੀਵਨ ਕਹਾਣੀ ਜਿਹੜੀ ਕਿ 1978 ਦੇ ਵਿੱਚ ਆਉਂਦੀ ਹੈ ਇਹਨਾਂ ਦਾ ਦਿਹਾਂਤ ਹੁੰਦਾ ਜੀ 1977 ਦੇ ਵਿੱਚ ਤੇ 1978 ਦੇ ਵਿੱਚ ਇਹਨਾਂ ਦੀ ਇਹ ਜੀਵਨੀ ਆਉਂਦੀ ਹੈ ਮੇਰੀ ਸਵੈ ਜੀਵਨੀ ਜਿਹੜੀ ਕਿ ਇਹਨਾਂ ਦੇ بیٹے ਨਵਤੇਜ ਜਿਹੜੇ ਪ੍ਰੀਤ ਲੜੀ ਹੈ ਉਹਨਾਂ ਨੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਮਰਨ ਉਪਰੰਤ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਸੀ ਤਾਂ ਤਿੰਨੇ ਇਹਨਾਂ ਦੀਆਂ ਸਵੈ ਜੀਵਨੀ ਮੁਲਕ ਰਚਨਾਵਾਂ ਨੇ ਅੱਗੇ ਆਪਾਂ ਡਿਸਕਸ ਕਰਦੇ ਹਾਂ ਜੀ ਇਹਨਾਂ ਦੀ ਮਨੋਹਰ ਸ਼ਖਸੀਅਤ ਰਚਨਾ ਹੈਗੀ ਹੈ ਜਿਹੜੀ ਮਨੋਹਰ ਸ਼ਖਸੀਅਤ ਰਚਨਾ ਹੈ ਇਹਦੇ ਵਿੱਚ ਇਹਨਾਂ ਨੇ ਕੀ ਦੱਸਿਆ ਕਹਿੰਦੇ ਇਹਦੇ ਵਿੱਚ ਦੱਸਿਆ ਗਿਆ ਹੈਗਾ ਵੀ ਆਪਣੀ ਜਿਹੜੀ ਸ਼ਖਸੀਅਤ ਆ ਉਹਨੂੰ ਬਹੁਤ ਵਧੀਆ ਰੱਖਣਾ ਚਾਹੀਦਾ ਹੈ ਤੇ ਇਹ ਚੀਜ਼ ਇਹਨਾਂ ਦੇ ਆਪ ਦੇ ਉੱਪਰ ਲਾਗੂ ਵੀ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਉਦੋਂ ਦੇ ਸਮੇਂ ਦੇ ਵਿੱਚ ਹਮੇਸ਼ਾ ਤਿਆਰ ਬਹਿਰ ਤਿਆਰ ਰਹਿੰਦੇ ਸੀ ਤਾਂ ਆਪ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਪੂਰਾ ਅਪਡੇਟ ਰੱਖਦੇ ਸੀਗੇ ਤੇ ਮਨੋਰ ਸ਼ਖਸ਼ੀਅਤ ਪੁਸਤਕ ਦੇ ਵਿੱਚ ਵੀ ਇਹਨਾਂ ਨੇ ਇਹੀ ਸਲਾਹ ਦਿੱਤੀ ਹੈ ਕਿ ਸਾਫ ਸੁਥਰੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਪਲੱਸ ਆਪਦੀ ਸ਼ਖਸ਼ੀਅਤ ਨੂੰ ਨਿਖਾਰਨਾ ਚਾਹੀਦਾ ਹੈ ਠੀਕ ਹੈ ਜੀ ਅਗਲੀ ਆਪਾਂ ਇਹਨਾਂ ਦੀ ਬੁੱਕ ਦੇਖਦੇ ਹਾਂ ਜੀ ਇਹ ਵੀ ਬਹੁਤ ਇੰਪੋਰਟੈਂਟ ਹੈ ਇਹਨੂੰ ਵੀ ਤੁਸੀਂ ਯਾਦ ਰੱਖਣਾ ਹੈਗਾ ਇੱਕ ਦੁਨੀਆ ਦੇ 13 ਸੁਤਰੀ ਠੀਕ ਹੈ ਜੀ ਇਹ ਪੁਸਤਕ ਉਹਨਾਂ ਨੇ ਆਪਣੇ ਅਲੋਚਕਾਂ ਨੂੰ ਲਿਖੀ ਹੈ ਠੀਕ ਹੈ ਜੀ ਇਸ ਪੁਸਤਕ ਦੇ ਵਿੱਚ ਉਹਨਾਂ ਨੇ ਆਪਣੇ ਅਲੋਚਕਾਂ ਨੂੰ ਆਪਣੀ ਵਿਚਾਰਧਾਰਾ ਜਿਹੜੀ ਹੈ ਉਹ ਦਰਸਾਈ ਹੈ ਇਹ ਜਿਵੇਂ ਲਿਖਿਆ ਹੋਇਆ ਹੈ ਇਹ ਇਹਨਾਂ ਨੇ ਆਪਣੇ ਆਲੋਚਕਾਂ ਲਈ ਲਿਖੀ ਪੁਸਤਕ ਹੈ ਜਿਸ ਦੇ ਵਿੱਚ ਆਪਣੀ ਵਿਚਾਰਧਾਰਾ ਨੂੰ ਪੁਸਤਕ ਰਾਹੀਂ ਪੇਸ਼ ਕੀਤਾ ਗਿਆ ਹੈ ਅੱਗੇ ਇਹਨਾਂ ਦੀਆਂ ਕੁਝ ਹੋਰ ਇੰਪੋਰਟੈਂਟ ਬੁੱਕਸ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਯਾਦ ਰੱਖਣਾ ਹੈ ਮੇਰੇ ਚਰੋਖੇ ਚੋਂ ਰੀਜਾਂ ਦੀ ਖੱਡੀ ਜਿਹੜੀ ਰੀਜਾਂ ਦੀ ਖੱਡੀ ਹੈ ਬੱਚਿਆਂ ਨੂੰ ਸਿੱਧ ਦਿੱਤੀ ਇਸ ਪੁਸਤਕ ਦੇ ਵਿੱਚ ਯਾਦ ਰੱਖਿਓ ਰੀਜਾਂ ਦੀ ਖੱਡੀ ਦੇ ਵਿੱਚ ਇਸ਼ਕ ਜਿੰਨਾ ਦੇ ਹੱਡੀ ਰਚਿਆ ਇਹ ਇਹਨਾਂ ਦੀ ਲੋਕ ਕਥਾਵਾਂ ਤੇ ਅਧਾਰਿਤ ਪੁਸਤਕ ਹੈ ਇਹਨੂੰ ਖਾਸ ਧਿਆਨ ਚ ਰੱਖ ਲਿਓ ਇਹਨਾਂ ਦੀ ਇੱਕ ਡਿਫਰੈਂਟ ਟਾਈਪ ਦੀ ਕਿਤਾਬ ਹੈ ਜਿਹੜੀ ਕਿ ਲੋਕ ਕਥਾਵਾਂ ਤੇ ਉਧਾਰਤ ਹੈ ਠੀਕ ਹੈ ਜੀ ਅੱਗੇ ਆ ਸਾਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਤੁਸੀਂ ਇਹਨਾਂ ਦੇ ਨਾਮ ਵੀ ਯਾਦ ਰੱਖਣੇ ਆ ਰੋਜ਼ਾਨਾ ਜ਼ਿੰਦਗੀ ਦੀ ਸਾਇੰਸ ਪ੍ਰਸੰਨ ਤੇ ਲੰਬੀ ਉਮਰ ਕੁਦਰਤੀ ਮਜ਼ਾ ਫੈਸਲੇ ਦੀ ਕੜੀ ਠੀਕ ਹੈ ਜੀ ਇਹਨਾਂ ਤੁਸੀਂ ਨਾਮ ਯਾਦ ਰੱਖਣੇ ਆ ਅੱਗੇ ਦੇਖਦੇ ਹਾਂ ਜੀ ਆਪਾਂ ਨਾਲ ਦੀ ਇੰਪੋਰਟੈਂਟ ਪੁਸਤਕਾਂ ਕੁਝ ਹੋਰ ਹੈਗੀਆਂ ਨੇ ਸਾਡੇ ਵਾਰਿਸ ਇਹ ਵੀ ਇਹਨਾਂ ਦੀ ਬਹੁਤ ਇੰਪੋਰਟੈਂਟ ਹੈ ਇਹ ਵੀ ਇਹਨਾਂ ਦੀ ਬੱਚਿਆਂ ਦੇ ਲਈ ਲਿਖੀ ਹੋਈ ਪੁਸਤਕ ਹੈ ਉੱਪਰ ਆਪਾਂ ਦੇਖੀ ਸੀਗੀ ਰੀਜਾਂ ਦੀ ਖੱਡੀ ਉਹ ਵੀ ਇਹਨਾਂ ਦੀ ਬੱਚਿਆਂ ਦੇ ਲਈ ਲਿਖੀ ਹੋਈ ਪੁਸਤਕ ਸੀਗੀ ਹੁਣ ਆਪਾਂ ਇਹਨਾਂ ਦੀ ਦੇਖ ਰਹੇ ਹਾਂ ਸਾਡਾ ਵਾਰਿਸ ਇਹ ਵੀ ਬੱਚਿਆਂ ਦੇ ਲਈ ਲਿਖੀ ਹੋਈ ਪੁਸਤਕ ਹੈ ਪ੍ਰਣ ਪ੍ਰਣ ਇਹਨਾਂ ਦੀ ਕਿੱਸਾ ਦੀ ਪੁਸਤਕ ਹੈ ਇੱਕ ਸਾਲ ਦੀ ਇਹ ਡਾਇਰੀ ਪੁਸਤਕ ਹੈ ਹੈਨਾ ਡਾਇਰੀ ਪੁਸਤਕ ਇਹਨੂੰ ਕਿਉਂ ਕਿਹਾ ਗਿਆ ਕਿਉਂਕਿ ਇਹਦੇ ਵਿੱਚ ਕਹਿੰਦੇ ਕੁਝ ਵਰਕੇ ਖਾਲੀ ਛੱਡੇ ਹੋਏ ਐ ਇਹ ਬੱਚਿਆਂ ਨੂੰ ਕਿਹਾ ਹੋਇਆ ਹੈ ਵੀ ਤੁਸੀਂ ਇਸ ਪੁਸਤਕ ਨੂੰ ਪੜਨ ਤੋਂ ਬਾਅਦ ਆਪਣੇ ਮਨ ਦੇ ਵਿੱਚ ਕੁਝ ਪ੍ਰੰਨ ਕਰਨੀ ਹੈ ਤੇ ਉਹਨਾਂ ਨੂੰ ਪੁਸਤਕ ਦੇ ਵਿੱਚ ਆ ਲਿਖਣਾ ਹੈ ਠੀਕ ਹੈ ਜੀ ਤਾਂ ਕੀ ਹੈ ਇਹ ਇਹਨਾਂ ਦੀ ਡਾਇਰੀ ਪੁਸਤਕ ਹੈ ਜਿਸ ਵਿੱਚ ਕੁਝ ਵਰਕੇ ਖਾਲੀ ਛੱਡੇ ਹੋਏ ਹਨ ਤਾਂ ਕਿ ਬੱਚੇ ਆਪਣੇ ਮਨ ਅਨੁਸਾਰ ਪ੍ਰੰਨ ਕਰਕੇ ਲਿਖਣ ਸਕਣ ਠੀਕ ਹੈ ਜੀ ਹੋਰ ਇਹਨਾਂ ਦੀਆਂ ਜਿਹੜੀਆਂ ਪ੍ਰਸਿੱਧ ਪੁਸਤਕਾਂ ਹਨ ਤੁਸੀਂ ਨਾਮ ਯਾਦ ਰੱਖ ਸਕਦੇ ਹੋ ਜਿਆਦਾ ਇੰਪੋਰਟੈਂਟ ਨਹੀਂ ਹੈ ਪਰ ਫਿਰ ਵੀ ਤੁਸੀਂ ਇਹਨਾਂ ਦੇ ਨਾਮ ਜਿਹੜੇ ਹੈ ਉਹ ਯਾਦ ਰੱਖਣੇ ਤਾਂ ਕਿਹੜੀਆਂ-ਕਿਹੜੀਆਂ ਪੁਸਤਕਾਂ ਇਹਨਾਂ ਦੀਆਂ ਜੁੱਗਾ ਪੁਰਾਣੀ ਗੱਲ ਜ਼ਿੰਦਗੀ ਦੀ ਡਾਟ ਨਵੀਆਂ ਤਕਦੀਰਾਂ ਦੀ ਕਿਆਰੀ ਬੰਦੀ ਛੋੜ ਗੁਰੂ ਨਾਨਕ ਸਰਵਪੱਖੀ ਨਾਇਕ ਤੇ ਇਹ ਜੱਗ ਸਾਡਾ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਵਾਰਤਕ ਦੇ ਵਿੱਚ ਰਚਨਾ ਬਹੁਤ ਕੀਤੀ ਹੈ ਜੀ 28 ਦੇ ਕਰੀਬ ਆਪਾਂ ਪਹਿਲਾਂ ਦੇਖ ਕੇ ਆਏ ਮੈਂ ਇਹਨਾਂ ਨੇ ਇਸ ਵਾਰੀ 26 ਦੇ ਕਰੀਬ ਇਹਨਾਂ ਨੇ ਜਿਹੜੇ ਨਿਵੰਦ ਸੰਗ੍ਰਹਿ ਉਹ ਲਿਖੀਏ ਠੀਕ ਹੈ ਜੀ ਤਾਂ ਇਹਨਾਂ ਦੇ ਵਿੱਚ ਉਹ ਕੁਸ਼ਨਾਂ ਦੀ ਇੰਪੋਰਟੈਂਟ ਹੈ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਕਿਸੇ ਵਿਅਕਤੀ ਦਾ ਨਾਮ ਦੇ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਜਾਂ ਅੱਗੇ ਜਿੰਨੀ ਜਿੰਨੀ ਡਿਟੇਲ ਮੈਂ ਤੁਹਾਨੂੰ ਕਰਵਾਈਓ ਪੁੱਛੀ ਜਾ ਸਕਦੀ ਹੈ ਕਿ ਕਿਹੜੀ ਪੁਸਤਕ ਦੇ ਵਿੱਚ ਕੀ ਜਿਹੜਾ ਹੈ ਉਹ ਦਿੱਤਾ ਹੋਇਆ ਹੈਗਾ ਅੱਗੇ ਇਸ ਤੋਂ ਬਿਨਾ ਇਹਨਾਂ ਨੇ ਕੁਝ ਪ੍ਰਸਿੱਧ ਨਾਟਕ ਲਿਖੇ ਹੈ ਠੀਕ ਹੈ ਜੀ ਉਹਨਾਂ ਦੇ ਤੁਸੀਂ ਨਾਮ ਯਾਦ ਰੱਖ ਲਿਓ ਤਾਂ ਨਾਟਕ ਕਿਹੜੇ ਕਿਹੜੇ ਆ ਪਰੀਆਂ ਦੀ ਮੋਰੀ ਗੁਲਾਬੋ ਜੁਗਾ ਪੁਰਾਣੀ ਗੱਲ ਰਾਜਕੁਮਾਰੀ ਲਤਿਕਾ ਜਿਹੜਾ ਇਹਨਾਂ ਦਾ ਹੈਗਾ ਜੀ ਰਾਜਕੁਮਾਰੀ ਲਤਿਕਾ ਇਹ 1939 ਦੇ ਵਿੱਚ ਛਪਿਆ ਪਹਿਲਾ ਨਾਟਕ ਹੈ ਰਾਜਕੁਮਾਰੀ ਲਤਿਕਾ 1939 ਦੇ ਵਿੱਚ ਛਪਿਆ ਹੋਇਆ ਪਹਿਲਾ ਜਿਹੜਾ ਹੈ ਜੀ ਇਹ ਨਾਟਕ ਹੈਗਾ ਠੀਕ ਹੈ ਜੀ ਅਗਲਾ ਇਹਨਾਂ ਦਾ ਨਾਟਕ ਹੈ ਪ੍ਰੀਤ ਮੁਕਟ ਸਾਡੀ ਹੂਣੀ ਦਾ ਲਸ਼ਕਾਰਾ ਪੂਰਬ ਪੱਛਮ ਬਸ ਤੁਸੀਂ ਇਹਨਾਂ ਦੇ ਨਾਮ ਹੈ ਜਿਹੜੇ ਯਾਦ ਰੱਖਣੇ ਆ ਜਿਹੜਾ ਰਾਜਕੁਮਾਰੀ ਲਤਿਕਾ ਹੈ ਇਹਦਾ ਤੁਸੀਂ ਸਾਲ ਵੀ ਯਾਦ ਰੱਖਣਾ ਕਿਉਂਕਿ ਇਹ ਪੰਜਾਬੀ ਸਾਹਿਤ ਦਾ ਪਹਿਲਾ ਨਾਟਕ ਹੈ ਪ੍ਰਸਿੱਧ ਨਾਵਲ ਨੇ ਜੀ ਇਹਨਾਂ ਦੇ ਅਣਵਿਆਹੀ ਮਾਂ ਰੁੱਖਾਂ ਦੀ ਜਰਾੰਦ ਤੇਮਾ ਠੀਕ ਹੈ ਜੀ ਇਹਨਾਂ ਦੀਆਂ ਕੁਝ ਪ੍ਰਸਿੱਧ ਅਨੁਵਾਦਿਤ ਰਚਨਾਵਾਂ ਹੈ ਇਹਨਾਂ ਨੂੰ ਵੀ ਤੁਸੀਂ ਯਾਦ ਰੱਖਣਾ ਹੈ ਜੀ ਕਿਹੜੀਆਂ-ਕਿਹੜੀਆਂ ਇਹਨਾਂ ਦੀਆਂ ਪ੍ਰਸਿੱਧ ਅਨੁਵਾਦਿਤ ਰਚਨਾਵਾਂ ਨੇ ਜੀ ਸੁਪਨੇ ਆਖਰੀ ਸ਼ਬਦ ਮੋਲੀਅਰ ਦੇ ਨਾਟਕ ਮਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹਨਾਂ ਦਾ ਮਾਂ ਕਾ ਦੀਆਂ ਪੱਤੀਆਂ ਅਸਮਾਨੀ ਮਹਾਨਦੀ ਜ਼ਿੰਦਗੀ ਦੇ ਰਾਹਾਂ ਤੇ ਠੀਕ ਹੈ ਜੀ ਤਾਂ ਅਨੁਵਾਦਿਤ ਰਚਨਾਵਾਂ ਦੇ ਵਿੱਚ ਆ ਦੋ ਜਿਹੜੇ ਹੈਗੇ ਆ ਪੁਆਇੰਟ ਤੁਹਾਡੇ ਕੋਲੇ ਮੇਨ ਨੇ ਤਾਂ ਕੀ ਲਿਖਿਆ ਕੀ ਚੀਜ਼ ਹੈ ਇਹ ਜਿਹੜਾ ਮਾਣਵਾਦਤ ਨਾਵਲ ਹੈ 21 ਦਾ ਸੀਗਾ ਮੈਮਸਿਮ ਮੈਮਸਿਮ ਗੋਰਕੀ ਦਾ ਰੂਜ਼ ਦਾ ਨਾਵਲ ਹੈ ਜਿਹੜਾ ਮਾਂ ਉਹਦਾ ਅਨਵਾਦ ਕੀਤਾ ਇਹਨਾਂ ਨੇ ਠੀਕ ਹੈ ਜੀ ਮੈਮਸਿਮ ਗੋਰਕੀ ਦੇ ਯਾਦ ਰੱਖਿਓ ਮੈਮਸਿਮ ਗੋਰਕੀ ਦੇ ਰੂਜ਼ ਦੇ ਨਾਵਲ ਮਾਂ ਦਾ ਅਨਵਾਦ ਕੀਤਾ ਕਿਹੜੇ ਨਾਵਲ ਦਾ ਮਾਂ ਦਾ ਕਿਸ ਦੇ ਨਾਵਲ ਦਾ ਮੈਮਸਿਮ ਗੋਰਕੀ ਦੇ ਤੇ ਕਿਹੜੇ ਦੇਸ਼ ਦੇ ਦਾ ਰੂਜ਼ ਦੇ ਦਾ ਠੀਕ ਹੈ ਜੀ ਤਾਂ ਇਹ ਰਚਨਾ ਇਹਨਾਂ ਦੀ ਇੰਨੀ ਕੁ ਇੰਪੋਰਟੈਂਟ ਸਿਗੀ ਕਿ ਇਸ ਰਚਨਾ ਕਰਕੇ ਇਹਨਾਂ ਨੂੰ 1971 ਈਸਵੀ ਦੇ ਵਿੱਚ ਸੋਵੀਅਤ ਨਹਿਰੂ ਪੁਰਸਕਾਰ ਵੀ ਮਿਲਿਆ ਹੈ ਠੀਕ ਹੈ ਜੀ ਤਾਂ ਇਹਦੇ ਚ ਇਹਨਾਂ ਨੂੰ ਕੀ ਮਿਲਿਆ ਹੈਗਾ ਇਹਦਾ ਕਰਕੇ ਇਹਨਾਂ ਨੂੰ ਸੋਵੀਅਤ ਨਹਿਰੂ ਪੁਰਸਕਾਰ ਠੀਕ ਹੈ ਜੀ ਇਸ ਨਾਵਲ ਤੇ ਇਹਨਾਂ ਨੂੰ ਸੋਫੀਅਤ ਦੀ ਜਗ੍ਹਾ ਤੇ ਸੋਵੀਅਤ ਹੈ ਠੀਕ ਹੈ ਜੀ ਅਗੀਆਂ ਦਾ ਪੁਆਇੰਟ ਆਪਣੇ ਕੋਲੇ ਹੈਗਾ ਹੈਗਾ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਸੀ ਔਨ ਦਾ ਪਾਥ ਆਫ ਲਾਈਫ ਇਹਦਾ ਇਹਨਾਂ ਨੇ ਅਨਵਾਦ ਕੀਤਾ ਹੈ ਕਿ ਕਿਸ ਕਿਸਰ ਲਿਖਦੇ ਹੇਟ ਜ਼ਿੰਦਗੀ ਦੇ ਰਾਹਾਂ ਤੇ ਠੀਕ ਹੈ ਜੀ ਤੁਸੀਂ ਯਾਦ ਰੱਖਿਓ ਕਿ ਜ਼ਿੰਦਗੀ ਦੇ ਰਾਹਾਂ ਤੇ ਸਰ ਲਿਖਦੇ ਹੇਟ ਦਾ ਅਨੁਵਾਦ ਜਿਹੜਾ ਹੈ ਕੀਤਾ ਹੈ ਤੇ ਇਹ ਦੋਵਿਆਂ ਦੀਆਂ ਅਨੁਵਾਦਿਤ ਰਚਨਾਵਾਂ ਤੁਸੀਂ ਯਾਦ ਰੱਖਣੀ ਹੈ ਅੱਗੇ ਇਹਨਾਂ ਦਾ ਆਪਾਂ ਦੇਖਦੇ ਹਾਂ ਜੀ ਜਿਹੜਾ ਬੱਚਿਆਂ ਬਾਰੇ ਸਾਹਿਤ ਇਹਨਾਂ ਨੇ ਲਿਖਿਆ ਹੈਗਾ ਤਾਂ ਬੱਚਿਆਂ ਬਾਰੇ ਬਾਲ ਸਾਹਿਤ ਇਹਨਾਂ ਨੇ ਲਿਖਿਆ ਜੀ ਗੁਲਾਬੀ ਐਣਾਂ ਕਾਂ ਪਰੀਆਂ ਦੀ ਮੋਰੀ ਗੁਲਾਬੋ ਮਰਾਦਾਂ ਪੂਰੀਆਂ ਕਰਨ ਵਾਲਾ ਖੂ ਇਹਨਾਂ ਦਾ ਬਾਲ ਸਾਹਿਤ ਹੈ ਠੀਕ ਹੈ ਜੀ ਬ ਮਤਲਬ ਬੱਚਿਆਂ ਦੇ ਲਿਖਿਆ ਰਚਨਾਵਾਂ ਨੇ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ ਕਿ ਇਹਨਾਂ ਨੇ ਰੇਖਾ ਚਿੱਤਰ ਲਿਖਣ ਦੀ ਪ੍ਰਤਪਾਈ ਹੈ ਤੇ ਇਹਨਾਂ ਦੇ ਰੇਖਾ ਚਿੱਤਰ ਕਿਹੜੇ-ਕਿਹੜੇ ਨੇ ਪ੍ਰਸਿੱਧ ਰੇਖਾ ਚਿੱਤਰ ਦੇਖੋ ਜੀ ਮੇਰੇ ਦਾਦੀ ਜੀ ਮੇਰੇ ਪਿਤਾ ਜੀ ਭੂਆ ਵਰਕਤੀ ਠੀਕ ਹੈ ਜੀ ਇਹਨਾਂ ਦੇ ਪ੍ਰਸਿੱਧ ਜਿਹੜੇ ਹੈਗੇ ਉਹ ਰੇਖਾ ਚਿੱਤਰ ਹੈ ਅੱਗੇ ਇਹਨਾਂ ਦੇ ਵਾਰਤਕ ਦੇ ਕੁਝ ਕਥਨ ਹੈ ਜਿਹੜੇ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੈ ਤੇ ਕਈ ਵਾਰ ਪੀਪਰ ਦੇ ਵਿੱਚ ਪੁੱਛੇ ਵੀ ਜਾ ਚੁੱਕੇਗੇ ਤੇ ਕਿਹੜੇ ਕਥਨ ਹੈ ਤੇ ਇਹਨਾਂ ਦੇ ਬਾਰੇ ਪਹਿਲਾ ਪੁਆਇੰਟ ਹੈ ਕਹਿੰਦੇ ਜੀ ਮਨੁੱਖ ਦਾ ਮਨੁੱਖ ਦੇ ਨਾਲ ਮੇਲ ਆਪਣੇ ਆਪ ਵਿੱਚ ਇੱਕ ਮਹਾਨ ਘਟਨਾ ਹੁੰਦਾ ਹੈ ਇਹ ਲਾਈਨਾਂ ਤੁਹਾਨੂੰ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਵਰਤਕ ਕਰਦੀਆਂ ਨੇ ਠੀਕ ਹੈ ਤਾਂ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਹੈ ਅਗਲੀ ਇਹਨਾਂ ਬਾਰੇ ਜਿਹੜੀ ਵਰਤਕ ਦਾ ਜਿਹੜਾ ਕਾਵਿ ਵਰਗਾ ਕਥਨ ਹੈ ਉਹ ਕਿਹੜਾ ਹੈ ਇਹਨਾਂ ਦੀ ਕੋਟੇਸ਼ਨ ਹੈ ਕਿ ਚੰਗੇ ਮਨੁੱਖ ਦਾ ਮੇਲ ਆਪਣੇ ਆਪ ਦੇ ਵਿੱਚ ਇੱਕ ਨਸ਼ਾ ਹੁੰਦਾ ਹੈ ਠੀਕ ਹੈ ਜੀ ਇਹ ਦੋਨੋਂ ਤੁਸੀਂ ਯਾਦ ਰੱਖਣੀਆਂ ਅਗੇ ਇਹਨਾਂ ਬਾਰੇ ਪ੍ਰੋਫੈਸਰ ਪ੍ਰੀਤਮ ਸਿੰਘ ਹੈ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਜਿਹਨੂੰ ਤੁਸੀਂ ਯਾਦ ਰੱਖਣਾ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕੀ ਕਿਹਾ ਹੈ ਕਹਿੰਦੇ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਆਧੁਨਿਕ ਪੰਜਾਬੀ ਗੱਦ ਦਾ ਉਹ ਲੇਖਕ ਹੋਣ ਦਾ ਮਾਨ ਹਾਸਲ ਹੈ ਜਾਂ ਮਾਨ ਪ੍ਰਾਪਤ ਹੈ ਜਿਸ ਨੇ ਆਪਣੀ ਕਲਮ ਨਾਲ ਭਾਈ ਵੀਰ ਸਿੰਘ ਦੇ 30 ਸਾਲਾਂ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ ਠੀਕ ਹੈ ਜੀ ਤਾਂ ਉਹਦਾ ਮਤਲਬ ਕੀ ਹੈ ਵੀ 30 ਸਾਲਾਂ ਦਾ ਜਿਹੜਾ ਪ੍ਰਭਾਵ ਸੀਗਾ ਉਹਨੂੰ ਇੱਕ ਨਵਾਂ ਰੂਪ ਦਿੱਤਾ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਠੀਕ ਹੈ ਜੀ ਤਾਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਜੀ ਇਹਨਾਂ ਦੇ ਪੁਰਸਕਾਰ ਤਾਂ ਇੰਨੇ ਪ੍ਰਸਿੱਧ ਜਿਹੜੇ ਹੈਗੇ ਆ ਇਹ ਲੇਖਕ ਨੇ ਇੰਨੇ ਪ੍ਰਸਿੱਧ ਜਿਹੜੇ ਹੈਗੇ ਨੇ ਇਹ ਵਾਰਤਕਾਰ ਨੇ ਤਾਂ ਆਬਵੀਅਸਲੀ ਇਹਨਾਂ ਦੇ ਜਿਹੜੇ ਪੁਰਸਕਾਰ ਆ ਉਹ ਵੀ ਇਹਨਾਂ ਨੂੰ ਮਿਲੇ ਹੋਣਗੇ ਤਾਂ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ ਸੋਵੀਅਤ ਨਹਿਰੂ ਪੁਰਸਕਾਰ ਇਹਨਾਂ ਨੂੰ ਮਿਲਿਆ 1971 ਦੇ ਵਿੱਚ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਇਹਨਾਂ ਨੇ ਜਿਹੜਾ ਮੈਮਸਿਮ ਗੋਰਕੀ ਦਾ ਰੂਸ ਦਾ ਨਾਵਲ ਹੈ ਮਾਂ ਉਹਦਾ ਅਨੁਵਾਦ ਕੀਤਾ ਉਹਦੇ ਕਰਕੇ ਇਹਨਾਂ ਨੂੰ ਸੋਵੀਅਤ ਨਹਿਰੂ ਜਿਹੜਾ ਹੈਗਾ ਪੁਰਸਕਾਰ ਮਿਲਿਆ ਹੈ ਠੀਕ ਹੈ ਜੀ ਅਗਲਾ ਇਹਨਾਂ ਨੂੰ ਮਿਲਿਆ ਅਵినੰਦਨ ਗ੍ਰੰਥਪੀੜ ਕੀਤਾ ਗਿਆ 1970 ਦੇ ਵਿੱਚ ਠੀਕ ਹੈ ਜੀ ਅੱਗੇ ਇਹਨਾਂ ਨੂੰ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਵਰੇ ਦੇ ਸਾਹਿਤਕਾਰ ਪੁਰਸਕਾਰ ਮਿਲਿਆ ਵਰੇ ਦੇ ਸਾਹਿਤਕਾਰ ਪੁਰਸਕਾਰ ਤੇ ਪੰਜਾਬੀ ਭਾਸ਼ਾ ਵਿਭਾਗ ਦੇ ਵੱਲੋਂ ਹੀ ਇਹਨਾਂ ਨੂੰ ਪਹਿਲਾ ਪੰਜਾਬੀ ਸਾਹਿਤ ਪੁਰਸਕਾਰ 20 ਮਿਲਿਆ ਹੈ ਠੀਕ ਹੈ ਜੀ ਤਾਂ ਜਿਹੜਾ ਪਹਿਲਾ ਪੰਜਾਬੀ ਸਾਹਿਤਕਾਰ ਪੁਰਸਕਾਰ ਹੈ ਇਹ ਜਿਨ੍ਹਾਂ ਨੂੰ 3 ਵਾਰ ਮਿਲਿਆ ਤੁਸੀਂ ਯਾਦ ਰੱਖਣਾ ਹੈਗਾ ਅੱਗੇ ਇਹਨਾਂ ਨੂੰ ਸਾਹਿਤ ਅਕੈਡਮੀ ਲੁਧਿਆਣਾ ਦੇ ਵੱਲੋਂ ਅਤੇ ਸਾਹਿਤ ਅਕੈਡਮੀ ਦਿੱਲੀ ਦੇ ਵੱਲੋਂ ਜਿਹੜੀ ਫੈਲੋਸ਼ਿਪ ਹੈ ਉਹ ਮਿਲੀ ਹੈ ਠੀਕ ਹੈ ਜੀ ਤਾਂ ਫੈਲੋਸ਼ਿਪ ਇਹਨਾਂ ਨੂੰ ਕਿੰਨਾ-ਕਿੰਨਾ ਤੋਂ ਮਿਲੀ ਹੈ ਸਾਹਿਤ ਅਕੈਡਮੀ ਲੁਧਿਆਣਾ ਤੋਂ ਤੇ ਸਾਹਿਤ ਅਕੈਡਮੀ ਦਿੱਲੀ ਵੱਲੋਂ ਠੀਕ ਹੈ ਜੀ ਇਹ ਇਹਨਾਂ ਦੇ ਪੁਰਸਕਾਰ ਹੈ ਜਿਹੜੇ ਕਿ ਪ੍ਰਸਿੱਧ ਪੁਰਸਕਾਰ ਨੇ ਜਿਨ੍ਹਾਂ ਨੂੰ ਤੁਸੀਂ ਪੇਪਰ ਦੇ ਪੁਆਇੰਟ ਆਫ View ਤੋਂ ਯਾਦ ਰੱਖਣਾਗਾ ਨੈਕਸਟ ਹੈ ਜੀ ਇਹਨਾਂ ਨੇ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਪ੍ਰੀਤ ਲੜੀ ਜਿਹੜਾ ਹੈ ਰਸਾਲਾ ਲਿਖਿਆ ਸੀ ਠੀਕ ਹੈ ਜੀ ਤਾਂ ਉਹਦੀਆਂ ਪ੍ਰਮੁੱਖ ਸਤਰਾਂ ਨੇ ਉਸ ਰਸਾਲੇ ਦੀਆਂ ਤਾਂ ਉਸ ਰਸਾਲੇ ਦੀਆਂ ਪ੍ਰਮੁੱਖ ਸਤਰਾਂ ਕੀ ਸੀਗੀਆਂ ਕਿਸੇ ਦਿਲ ਸਾਂਝੇ ਦੀ ਧੜਕਨ ਕਿਸੇ ਪ੍ਰੀਤ ਗੀਤ ਦੀ ਲੈ ਪਤੀ ਪ੍ਰੀਤ ਦੇ ਦਸਨ ਜਿਸ ਵਿੱਚ ਪ੍ਰੋਤੀ ਸਬੇਸ਼ ਹੈ ਠੀਕ ਹੈ ਜੀ ਤਾਂ ਇਹ ਜਿਹੜਾ ਇਹਨਾਂ ਦਾ ਪ੍ਰੀਤ ਲੜੀ ਸੀਗਾ ਰਸਾਲਾ ਉਹਦੇ ਜਿਹੜੀਆਂ ਮੁੱਖ ਸਤਰਾਂ ਨੇ ਇਹਨੀਆਂ ਠੀਕ ਹੈ ਜੀ ਇਸ ਤੋਂ ਬਾਅਦ ਕੁਝ ਇਹਨਾਂ ਬਾਰੇ ਜਿਹੜੇ ਐਕਸਟਰਾ ਫੈਕਟਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਕਹਿੰਦੇ ਜਿਹੜੀ ਪ੍ਰੀਤ ਲੜੀ ਹੈ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਦੀ ਸ਼ਖਸੀਅਤ ਬਹੁਤ ਅੱਛੀ ਸੀਗੀ ਮਨੋਹਰ ਸ਼ਖਸੀਅਤ ਦੇ ਮਾਲਕ ਸੀਗੇ ਇਹ ਇਸ ਚੀਜ਼ ਦੀ ਜਾਣਕਾਰੀ ਆਪਾਂ ਨੂੰ ਕਿੱਥੋਂ ਮਿਲਦੀ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਬੁੱਕ ਹੈ ਜੀ ਇੱਕ ਕਿਹੜੀ ਬੁੱਕ ਇਹਨਾਂ ਦੀ ਜੀਐਸ ਚੋਪੜਾ ਠੀਕ ਹੈ ਜੀ ਉਸ ਬੁੱਕ ਦੇ ਵਿੱਚ ਇਹਨਾਂ ਨੇ ਦੱਸਿਆ ਇਹਨਾਂ ਦੀ ਸ਼ਖਸੀਅਤ ਦੇ ਬਾਰੇ ਇੱਕ ਪੁਆਇੰਟ ਇਹਨਾਂ ਬਾਰੇ ਹੋਰ ਹੈ ਇਹਨਾਂ ਨੇ ਜਿਹੜਾ ਪੰਜਾ ਸੂਹ ਗੁਰਦੁਆਰਾ ਹੈ ਉਹਦੀ ਉਸਾਰੀ ਵੀ ਕਰਵਾਈ ਹੈ ਠੀਕ ਹੈ ਜੀ ਇੱਕ ਪੁਆਇੰਟ ਇਹਨਾਂ ਦੇ ਬਾਰੇ ਇੱਕ ਹੋਰ ਹੈਗਾ ਜੀ ਜਿਹੜਾ ਤੁਸੀਂ ਆਮ ਸੁਣਿਆ ਹੋਵੇਗਾ ਕਿ ਜਿਹੜੀ ਇਹਨਾਂ ਦੀ ਬੇਟੀ ਸੀਗੀ ਅਨੂਸੂਹਾ ਜਿਹੜੀ ਛੋਟੀ ਬੇਟੀ ਸੀ ਉਹਨਾਂ ਦੇ ਆਪਣੇ ਪੰਜਾਬੀ ਦੇ ਜਿਹੜੇ ਪ੍ਰਸਿੱਧ ਮਤਲਬ ਕਵੀ ਹੋਏ ਆ ਆਪਣੇ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੇ ਨਾਲ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਰਮਾਂਸ ਵੀਰਿਆ ਹੈ ਠੀਕ ਹੈ ਜੀ ਇਹ ਦੋ ਤਿੰਨ ਚਾਰ ਪੁਆਇੰਟ ਇਹਨਾਂ ਬਾਰੇ ਹੋਰ ਐਕਸਟਰਾ ਨੇ ਜਿਹੜੇ ਕਿ ਤੁਸੀਂ ਨੋਟ ਕਰ ਲੈਣੇ ਨੇ ਠੀਕ ਹੈ ਜੀ ਤਾਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਆਪਾਂ ਅ ਦੁਬਾਰਾ ਤੋਂ ਫੇਰ ਆਪਾਂ ਸਾਰਾ ਰਿਪੀਟ ਕਰ ਲੈਣੇ ਆ ਜਿਹੜੇ ਕਿ ਇਹਦੇ ਵਿੱਚ ਇੰਪੋਰਟੈਂਟ ਪੁਆਇੰਟ ਆ ਉਹ ਤੁਸੀਂ ਦੇਖ ਲੈਣੇ ਆ ਠੀਕ ਹੈ ਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਇਹ ਆਪਣੇ ਪ੍ਰਸਿੱਧ ਜਿਹੜੇ ਹੈਗੇ ਆ ਵਾਰਤਕਕਾਰ ਤੇ ਇਹਨਾਂ ਦੇ ਵਿੱਚੋਂ ਜਿਹੜਾ ਪ੍ਰੈਸ਼ਨ ਆਉ ਬਣ ਜਾਂਦਾ ਹੈ ਠੀਕ ਹੈ ਜੀ ਆਇਨਾ ਬਾਰੇ ਬੇਸਿਕ ਜਾਣਕਾਰੀ ਹੈ ਜਿਹੜੀ ਤੁਸੀਂ ਯਾਦ ਰੱਖਣੀ ਹੈਗੀ ਹੈ ਠੀਕ ਹੈ ਪੜਾ ਕਾਲ ਤੁਸੀਂ ਯਾਦ ਕਰਨਾ ਆ ਤਿੰਨ ਪੁਆਇੰਟ ਇਹਨਾਂ ਬਾਰੇ ਸਭ ਤੋਂ ਮੇਨ ਹੈ ਸਭ ਤੋਂ ਇੰਪੋਰਟੈਂਟ ਨੇ ਕਿ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ ਸਭ ਤੋਂ ਵੱਡੇ ਵਰਤਕ ਲਿਖਾਰੀ ਕਿਹਾ ਜਾਂਦਾ ਆ ਇਹਨਾਂ ਦਾ ਜਿਹੜਾ ਆਪਣਾ ਸਿਧਾਂਤ ਹੈ ਪਿਆਰ ਕਬਜਾ ਨਹੀਂ ਪਹਿਚਾਨ ਹੈ ਠੀਕ ਹੈ ਜੀ ਇਹ ਵੀ ਬਹੁਤ ਇੰਪੋਰਟੈਂਟ ਹੈ ਅਗੇ ਇਹਨਾਂ ਦੀ ਸਟੱਡੀ ਬਾਰੇ ਤੁਸੀਂ ਯਾਦ ਰੱਖਣਾ ਕਿ ਆ ਮੈ ਅਮਰੀਕਾ ਤੋਂ ਇਹਨਾਂ ਨੇ ਕੀਤੀ ਸੀ ਉਸੇ ਦਾ ਹੀ ਇਹਨਾਂ ਤੇ ਪ੍ਰਭਾਵ ਸੀਗਾ ਠੀਕ ਹੈ ਜੀ ਇਸ ਤੋਂ ਬਾਅਦ ਆ ਸਾਰਾ ਇਹਨਾਂ ਦਾ ਜਿਹੜਾ ਪ੍ਰੀਤਨਗਰ ਹੈ ਇਹ ਬਹੁਤ ਇੰਪੋਰਟੈਂਟ ਹੈ ਠੀਕ ਹੈ ਤੇ ਤੁਸੀਂ ਈਸਵੀ ਜਿਹੜੀ ਹੈ ਉਹ ਯਾਦ ਰੱਖਣੀ ਹੈ ਕਿ 1938 ਦੇ ਵਿੱਚ ਬਣਿਆ ਹੈਗਾ ਠੀਕ ਹੈ ਜੀ ਮੇਰੀ ਜਿੰਨੀਆਂ ਵੀ ਇਹਨਾਂ ਇੰਪੋਰਟੈਂਟ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਪ੍ਰੀਤਨਗਰ ਬਾਰੇ ਤੁਸੀਂ ਯਾਦ ਰੱਖਣੀ ਹੈ ਠੀਕ ਜੀ ਅੱਗੇ ਆਪਾਂ ਨੈਕਸਟ ਦੇਖ ਲੈਣੇ ਆ ਜਿਹਨਾਂ ਬਾਰੇ ਸਾਰਾ ਇੰਪੋਰਟੈਂਟ ਚੀਜ਼ਾਂ ਨੇ ਸਰਵਾਂਗੀ ਲੇਖਕ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਪ੍ਰਵਿਰਤੀ ਤੁਸੀਂ ਇਹਨਾਂ ਦੀ ਯਾਦ ਰੱਖਣੀ ਹੈ ਸ੍ਰੇਸ਼ਟ ਸ਼ੈਲੀਕਾਰ ਕਿਹਾ ਜਾਂਦਾ ਹੈ ਇਹ ਵੀ ਤੁਸੀਂ ਇਹਨਾਂ ਦਾ ਯਾਦ ਰੱਖਣਾ ਹੈਗਾ ਠੀਕ ਹੈ ਜੀ ਗੁਰਬਖਸ਼ ਸਿੰਘ ਕਾਲ ਕਰਕੇ ਜਾਣਿਆ ਜਾਂਦਾ ਹੈ 1931 ਤੋਂ ਬਾਅਦ ਦੇ ਸਮੇਂ ਨੂੰ ਅੱਗੇ ਇਹਨਾਂ ਦੀਆਂ ਜਿਹੜੀਆਂ ਪ੍ਰਸਿੱਧ ਰਚਨਾਵਾਂ ਨੇ ਪ੍ਰਮੁੱਖ ਰਚਨਾਵਾਂ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਠੀਕ ਹੈ ਜੀ ਜਿਹੜੀਆਂ ਰਚਨਾਵਾਂ ਦੀ ਅੱਗੇ ਡਿਟੇਲ ਦਿੱਤੀ ਹੋਈ ਹੈ ਇਹਨਾਂ ਨੂੰ ਵੀ ਤੁਸੀਂ ਅੱਛੇ ਤਰੀਕੇ ਦੇ ਨਾਲ ਯਾਦ ਕਰ ਲੈਣਾ ਹੈ ਆ ਜਿਹੜੀਆਂ ਆਪਾਂ ਨੂੰ ਅਨਵਾਦਿਤ ਰਚਨਾਵਾਂ ਦੇ ਵਿੱਚ ਇਹਨਾਂ ਦਾ ਜਿਹੜਾ ਮਾਂ ਜਿਹੜਾ ਹੈਗਾ ਨਾਵਲ ਉਹਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਯਾਦ ਕਰਕੇ ਰੱਖਣਾ ਹੈਗਾ ਬਾਲ ਸਾਹਿਤ ਯਾਦ ਕਰਨਾ ਹੈ ਇਹ ਪੁੱਛਿਆ ਜਾ ਸਕਦਾ ਹੈ ਕੋਛ ਬੋਸ ਤੱਕਾਂ ਦੇ ਕਿ ਤੁਹਾਨੂੰ ਕਿਹਾ ਜਾ ਸਕਦਾ ਹੈ ਤੇ ਇਹਨਾਂ ਦੇ ਵਿੱਚੋਂ ਬਾਹਲ ਸਾਹਿਦ ਦੇ ਨਾਲ ਜਿਹੜੀ ਸਬੰਧ ਰੱਖਦੀ ਪੁਸਤਕ ਆ ਉਹ ਦੱਸੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਹ ਜਿਹੜੀਆਂ ਪੁਸਤਕਾਂ ਇਹਨਾਂ ਦੀਆਂ ਹੈਗੀਆਂ ਇਹ ਬਾਹਲ ਸਾਹਿਦ ਦੇ ਨਾਲ ਸਬੰਧ ਰੱਖਣ ਵਾਲੀਆਂ ਨੇ ਠੀਕ ਹੈ ਜੀ ਰੇਖਾ ਚਿੱਤਰ ਦੀ ਇਹਨਾਂ ਨੇ ਰੇਖਾ ਚਿੱਤਰ ਲਿਖਣ ਦੀ ਪਿਰਤ ਪਾਈ ਹੈ ਠੀਕ ਹੈ ਜੀ ਤੇ ਕਿਹੜੇ-ਕਿਹੜੇ ਪ੍ਰਸਿੱਧ ਰੇਖਾ ਚਿੱਤਰ ਲਿਖੇ ਹੈ ਇਹ ਵੀ ਤੁਸੀ ਯਾਦ ਰੱਖਣਾ ਹੈ ਅੱਗੇ ਨੈਕਸਟ ਆਪਣੇ ਕੋਲ ਆ ਜਾਂਦੇ ਜੀ ਇਹਨਾਂ ਦੇ ਪੁਰਸਕਾਰ ਇਹਨਾਂ ਨੂੰ ਤੁਸੀਂ ਕਿਤਰਾ ਯਾਦ ਕਰ ਲੈਣਾ ਤੇ ਆਹ ਪ੍ਰੀਤ ਲੜੀ ਦੇ ਪੰਨੇ ਦੀਆਂ ਮੁੱਖ ਜਿਹੜੀਆਂ 17 ਨੇ ਜਿਹੜ ਤਨੂੰ ਦੱਸਿਆ ਹੀ ਹੈ ਕਿ ਇਹਨਾਂ ਇਹਨਾਂ ਵਰਤਕਾਰ ਦੀ ਜਿਹੜੀ ਜਿਹੜਾ ਕੇਂਦਰੀ ਸੰकल्ਪ ਹੈ ਪ੍ਰੀਤ ਹੈ ਤੇ ਉਸੇ ਤੇ ਆਧਾਰਿਤ ਹੀ ਸਤਰਾਂ ਹੈਗੀਆਂ ਠੀਕ ਹੈ ਜੀ ਤਾਂ ਇਹਨਾਂ ਆਪਾਂ ਡਿਸਕਸ ਕਰਦੇ ਹੋਏ ਜੀ ਆਪਣਾ ਜਿਹੜਾ ਅੱਜ ਦਾ ਟਾਪਿਕ ਹੈ ਅੱਜ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜੀ ਬਹੁਤ-ਬਹੁਤ ਓਕੇ ਜੀ